اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد أركان الإسلام جنہاں دے اُتے اسلام دی عمارت کھڑی قائم ہے رکن ہمیشہ اس تھمے اور ستون نو آکھیا جاندا ہے جدے سہارے تے کوئی شے کھڑی ہو رکن دی جمع ارکان جویں نماز دے ارکان ہوندے انہیں اسلام دے بھی ارکان ہیں شہادت اللہ الہ الا اللہ و اشہد ان محمد عبدہ و رسولہ و اقام الصلاۃ و ایتاء الزکاۃ و صوم رمضان و حج بیت اللہ ایک بندہ رسول اللہ صلی اللہ علیہ وسلم دی خدمت دے اندر حاضر ہویا آکھن لگا جی مینو کوئی ایسا عمل دسو جس تو بعد میں کسے اور عمل دی حاجت نہ رہے میری بخشش اور مغفرت واسطے وہ کافی ہو تو آپ نے اس نو یہ پانچ چیزاں دسیاں جس لے سن لیا اس لے آکھن لگا واللہ لا ازیدو ولا انکسو اللہ دی ذات گواہ ہے میں نہ انہاں دے اُتے ودھے ساں تے نہ انہاں دے وچوں کا شے گھٹے ساں یہ گل کر کے وہ واپس اپنے سفر نو ٹر پیا جتھوں آیا ہی تھوڑی دور گیا تو اللہ دے نبی صلی اللہ علیہ وسلم نے حاضرین نو مخاطب کر کے فرمایا من سرہ ان ینظر الی رجل من اہل الجنت فلینظر ہو جس بندے نو ایک خواہش ہوئے تے خوشی ہوئے کہ میں اتھائی دنیا وچ جنتی بندہ ویکھ لواں تو فلینظر ہو اس نو ویکھ لو اصل وچ مصیبت یہ ہے کہ مسلمانہ کولو اسلام دے ارکان ہی پورے نہیں ہو رہے جنہاں دے اُتے اسلام دی عمارت کھڑی ہے اے پورے نہیں ہو رہے تے دوے چھوٹے چھوٹے پنگیاں دے وچ اے بڑی دلچسپی لئی ودے ہو سن جنہاں دے اُتے بخشش دا کوئی انحصار نہیں بازے ایو جائے مسئلے ودے پوچھ دے حسن جیڑے قیامت علی دیونے اے دے کو لکھیں پوچھنا ہی نہیں اوہی پوچھ دے ودے حسن مگر نماز قائم کوئی نہ ہو سی ماہ رمضان جو ایک ہوئے نو بوصیر ہوئی تھی زکاة دا موسم آسی تے اے اس لئے آپ مستحق بن کھلو تھی یہ حج دا اے نصاب اے دے کو پورا خرچہ وغیرہ تے اے دے دوے دھندے بہت سارے حسن یعنی جیڑا بندہ ارکان اسلام نال ہی وفا نہیں کر سکتا انہوں کیڑا حق کے دوئے مسئلے انج پاوندا
ਜਿਹਦਾ ਅਜਾ ਆਪਣਾ ਇਸਲਾਮ ਹੀ ਪੂਰਾ ਨਹੀਂ। ਹਾਂ, ਅਗਰ ਇਹ ਅਰਕਾਨ ਇਸਲਾਮ 'ਤੇ ਪੂਰੀ ਤਰ੍ਹਾਂ ਕਾਰ ਬੰਦ ਹੁੰਦਾ ਫਿਰ ਮਜ਼ੀਦ ਸਵਾਲ ਜਵਾਬ ਕੁਝ ਗੱਲਾਂ ਪੁੱਛਣੀਆਂ, ਮਾਲੂਮਾਤ ਹਾਸਿਲ ਕਰਨੀਆਂ ਅਮਲ ਦੀ ਨੀਅਤ ਨਾਲ, ਚਲੋ ਫਿਰ ਤਾਂ ਠੀਕ ਹੈ। ਲੇਕਿਨ ਜਿਹੜਾ ਬੰਦਾ ਪੂਰੀ ਤਰ੍ਹਾਂ ਨਮਾਜ਼ ਹੀ ਕਾਇਮ ਨਹੀਂ ਕਰਦਾ, ਜ਼ਕਾਤ ਹੀ ਪੂਰੀ ਅਦਾ ਨਹੀਂ ਕਰਦਾ, ਰੋਜ਼ੇ ਨਾਲ ਵਫਾ ਨਹੀਂ ਕਰਦਾ, ਹਜ ਮਫਰੂਜ਼ ਆ ਜਿਹੜੀ ਇਹਦੇ ਉੱਤੇ ਫਰਜ਼ ਹੈ ਜ਼ਿੰਦਗੀ 'ਚ ਇੱਕ ਵਾਰੀ, ਉਹ ਨਹੀਂ ਕਰਦਾ, ਲੇਕਿਨ ਬਾਕੀ ਮਸਾਇਲ ਦੇ ਅੰਦਰ ਦਿਲਚਸਪੀ ਇਸ ਕਦਰ ਜ਼ਿਆਦਾ ਸੀ ਕਿ ਫਿਤਨੇ ਫਸਾਦ ਦੀ ਹੱਦ ਤੱਕ ਪਹੁੰਚ ਜਾਏ। ਜਿਸ ਤਰ੍ਹਾਂ ਬਾਕੀ ਅਰਕਾਨ ਇਸਲਾਮ ਦੇ ਇੰਤਹਾਈ ਜ਼ਰੂਰੀ ਹਨ ਕਿਸੇ ਵੀ ਮੁਸਲਮਾਨ ਵਾਸਤੇ, ਇਸੇ ਤਰੀਕੇ ਨਾਲ ਹੱਜ ਦਾ ਫਰਜ਼ ਵੀ ਹੈ, ਲੇਕਿਨ ਇਹ ਉਹਦੇ ਵਾਸਤੇ ਹੈ ਜਿਹਦੇ ਕੋਲੋਂ ਰਾਹ ਮੰਜ਼ਿਲ ਦਾ ਖਰਚਾ ਵੀ ਹੋਵੇ, ਪਿੱਛਾਂ ਦਾ ਵੀ ਹੋਵੇ, ਅੱਗਾਂ ਦਾ ਵੀ ਖਰਚਾ ਹੋਵੇ, ਔਰ ਸਫ਼ਰ ਦੀ ਸਹੂਲਤਾਂ ਬਰਦਾਸ਼ਤ ਕਰ ਸਕਦਾ ਹੋਵੇ। ਹੁਣ ਤਾਂ ਖੈਰ ਬੜਾ ਆਸਾਨ ਹੋ ਗਿਆ ਸਫ਼ਰ, ਹੱਜ ਬੈਤੁੱਲਾ, ਹੱਜ ਬੈਤੁੱਲਾ ਦਾ ਯਾਦ ਰੱਖ ਲਓ, ਹੱਜ ਅੱਲਾ ਦੇ ਘਰ ਦਾ ਹੈ। ਇਹ ਬੈਤੁੱਲਾ ਤੋਂ ਇਲਾਵਾ ਕਿਸੇ ਸ਼ਹਿ ਦਾ ਹੱਜ ਨਹੀਂ। ਜਿਹੜੇ ਇੱਥੋਂ ਵਹਿੰਦੇ ਨਾ ਸਿਰਫ ਮਦੀਨੇ ਵਾਲੇ ਦੀ ਨੀਅਤ ਲੈ ਕੇ, ਸਾਨੂੰ ਤਾਂ ਮਦੀਨੇ ਵਾਲੇ ਛੱਡਿਆ, ਮਦੀਨੇ ਵਾਲਾ ਨਹੀਂ ਕਿਸੇ ਨੂੰ ਛੱਡਿੰਦਾ। ਬੈਤੁੱਲਾ ਅੱਲਾ ਦਾ ਘਰ ਹੈ, ਇਹ ਅੱਲਾ ਹੀ ਜਿਹਨੂੰ ਛੱਡੇ ਉਸੇ ਵਜਣਾ ਹੈ। ਇਹ ਤਾਂ ਅੱਜ ਦੇ ਵਿੱਚ ਇੱਕ ਚੀਜ਼ ਆ ਗਈ ਨਾ ਕਿ ਤੂੰ ਠੀਕ ਹੈ 40 ਨਮਾਜ਼ਾਂ ਉੱਥੇ ਹੀ ਵੰਝ ਕੇ ਪੜ੍ਹ ਲਈਆਂ ਅੱਠ ਦਿਹਾੜੇ, ਮੇਰੇ ਮੂੰਹ ਦੇ ਵਿੱਚ ਤੁਰ ਤੁਰ। ਇਹ ਤਾਂ ਮਸਾਇਲ ਹੈ ਹੱਜ 'ਚੋਂ ਇੱਕ ਮਸਾਲਾ ਹੈ ਹੱਜ ਦਾ, ਵਰਨਾ ਹੱਜ ਅਸਲ ਬੈਤੁੱਲਾ ਦਾ ਹੈ। ਔਰ ਬੈਤੁੱਲਾ ਦਾ ਤਵਾਫ, ਵਕੂਫ ਹੈ ਅਰਫਾ, ਆ ਕੀ ਚੀਜ਼ਾਂ। ਬੈਤੁੱਲਾ ਦਾ ਹੱਜ ਕਿਉਂ ਹੈ? ਬੈਤੁੱਲਾ ਇਸ ਸਰਜ਼ਮੀਨ ਦੇ ਉੱਤੇ, ਇਸ ਕਾਇਨਾਤ ਅਰਜ਼ੀ ਦੇ ਉੱਤੇ ਸਭ ਤੋਂ ਪਹਿਲਾ ਅੱਲਾ ਦਾ ਘਰ ਹੈ, ਜਿਹੜਾ ਖਾਲਸਤਨ ਅੱਲਾ ਦੀ ਪੂਜਾ ਔਰ ਇਬਾਦਤ ਵਾਸਤੇ ਤਿਆਰ ਕੀਤਾ। 40 ਸਾਲ ਬਾਅਦ ਇੱਕ ਦੂਸਰੀ ਮਸਜਿਦ ਵੀ ਤਿਆਰ ਹੋਈ। 40 ਦਾ ਲਫ਼ਜ਼ ਹੋ ਸਕਦਾ ਹੈ 40 ਸਾਲ ਅਤੇ ਭਾਵੇਂ 40,000 ਸਾਲ, ਬਹਰਹਾਲ 40 ਸਾਲ ਮਸ਼ਹੂਰ ਹੈ। ਇੱਕ ਰਿਵਾਇਤ ਦੇ ਅੰਦਰ ਹੀ ਆਉਂਦਾ ਮਸਜਿਦ ਅਕਸਾ ਪਹਿਲਾ ਘਰ, ਇੰਨਾ ਅਵਲਾ ਬੈਤਿਨ ਵੁਜ਼ਿਅ ਲਿਨਨਾਸ, ਜੋ ਪਹਿਲਾ ਘਰ ਲੋਕੋ ਕੇ ਲੀਏ ਬਣਾਇਆ ਗਿਆ ਅੱਲਾ ਕਾ ਘਰ। ਲੱਲਜ਼ੀ ਬਿਬੱਕਤ ਮੁਬਾਰਕਨ ਵਹੁਦਲ ਲਿਲ ਆਲਮੀਨ, ਉਹ ਘਰ ਹੈ ਜਿਹੜਾ ਮੱਕੇ ਦੇ ਅੰਦਰ, ਔਰ ਇਸ ਨੂੰ ਕਿਆ ਕਹਿੰਦਾ? ਲਿਲਾਹ ਅਲੰਨਾਸ ਹਿਜੁਲ ਬੈਤ, ਹਿਜੁਲ ਬੈਤ, ਬੈਤੁੱਲਾ ਦਾ ਹੱਜ, ਮਨ ਇਸਤਤਾਅ ਇਲੈਹ ਸਬੀਲਾ, ਜਿਹੜਾ ਇਸਤਤਾਤ ਔਰ ਤਾਕਤ ਰੱਖਦਾ ਹੋਵੇ ਰਸਤੇ ਦੀ, ਮੰਜ਼ਿਲ ਦੀ, ਖਰਚੇ ਦੀ। ਇਹ ਅੱਲਾ ਹੀ ਜਿਸ ਨੂੰ ਬੁਲਾਉਂਦਾ ਹੈ ਉਹ ਹੀ ਵਹਿੰਦਾ ਹੈ। ਕਾਲੀ ਕਮਲੀ ਵਾਲਾ ਤਾਂ 23 ਸਾਲ ਲੋਕਾਂ ਨੂੰ ਦਾਵਤ ਦਿੰਦਾ ਰਿਹਾ ਅਤੇ ਬੁਲਾਉਂਦਾ ਰਿਹਾ, ਉਹਦੇ ਤਾਂ ਆਖੇ ਕੋਈ ਨਹੀਂ ਗਿਆ, ਜਿੰਨਾ ਵੰਝਣਾ ਆਈ ਮੁਕੱਦਰ ਵਾਲੇ ਉਹ ਹੀ ਗਏ। ਵਰਨਾ ਆਪਣੀ ਦਾੜੀ ਨਾਲ ਬੈਤੁੱਲਾ ਦੀਆਂ ਦੀਵਾਰਾਂ ਨੂੰ ਸਾਫ਼ ਕਰਨ ਵਾਲਿਆਂ ਨੂੰ ਵੀ ਬੈਤੁੱਲਾ ਦੀ ਹੱਜ ਦਾ ਸਵਾਬ ਨਾ ਮਿਲ ਸਕਿਆ। ਆਪਣੇ ਘਰ
ਦੇ ਤਵਾਫ ਔਰ ਹਜ ਵਾਸਤੇ ਇਹ ਅੱਲਾ ਬੁਲਾਉਂਦਾ ਹੈ। ਖੁਦ ਕੁਰਾਨ ਪਿਆ ਕਿਹੜੇ ਵੇਲੇ ਜੀ ਉਸ ਘਰ 'ਚ ਬੁਲਾਵਾ ਆਉਂਦਾ ਹੈ ਜੀ, ਅਜੀਬ ਜਹਾਲਤ ਔਰ ਮੁਸ਼ਰਕਾਨਾ ਅਕਾਇਦ ਔਰ ਨਜ਼ਰੀਆ, ਬੁਲਾਵਾ ਉੱਤੋਂ ਆਉਂਦਾ ਔਰ ਫਿਰ ਇਸ ਹਜ ਦੇ ਨਾਲ ਚੁੱਕੇ ਇੱਕ ਅਮਲ ਹੋਰ ਵੀ ਮਸ਼ਹੂਰ ਹੈ, ਉਹ ਇਹ ਅਮਲ ਕੁਰਬਾਨੀ ਵਾਲਾ। ਜਿਸ ਵੇਲੇ ਹਜ ਦੀ ਗੱਲ ਆਉਂਦੀ ਹੈ, ਹਜ ਦਾ ਕੋਈ ਤਸੱਵਰ ਆਉਂਦਾ ਤਾਂ ਨਾਲ ਕੁਰਬਾਨੀ ਦਾ ਤਸੱਵਰ ਹੀ ਆਉਂਦਾ। ਜਿਹੜਾ ਹਾਜੀ ਹੈ ਉਹਦੇ ਉੱਤੇ ਵਾਜਿਬ ਹੈ ਕੁਰਬਾਨੀ ਕਰਨਾ। ਜਿਹੜੇ ਉਥਾਂ ਹੀ ਰਹਿਣ ਵਾਲੇ ਨੇ ਉਹਨਾਂ ਦੇ ਉੱਤੇ ਦੋ ਕੁਰਬਾਨੀਆਂ, ਇੱਕ ਹਜ ਦੀ ਅਗਰ ਹਜ ਕਰੇ ਸੀ, ਦੂਈ ਆਮ ਈਦ ਵਾਲੀ ਕੁਰਬਾਨੀ ਜਿਵੇਂ ਅਸਾਂ ਕਰੇ। ਜਿਹੜਾ ਮੁਸਾਫਿਰ ਗਿਆ ਹੋਇਆ ਉਹਦੇ ਵਾਸਤੇ ਇੱਕ ਹੈ, ਕਿਉਂਕਿ ਮੁਸਾਫਿਰ 'ਤੇ ਇਹ ਈਦ ਵਾਲੀ ਕੁਰਬਾਨੀ ਕੋਈ ਨਹੀਂ ਵਾਜਿਬ। ਮੁਸਾਫਿਰ ਇਸ ਕੁਰਬਾਨੀ ਵਾਸਤੇ ਇਹ ਸ਼ਰਤ ਹੈ ਕਿ ਆਕਿਲ ਹੋਵੇ, ਬਾਲਗ ਹੋਵੇ, ਮੁਸਲਮਾਨ ਹੋਵੇ ਅਤੇ ਮੁਕੀਮ ਹੋਵੇ, ਮੁਸਾਫਿਰ ਨਾ ਹੋਵੇ। ਮੁਸਾਫਿਰ 'ਤੇ ਕੁਰਬਾਨੀ ਕੋਈ ਨਹੀਂ। ਇਹਦਾ ਐਲਾਨ ਖੁਦ ਅੱਲਾ ਨੇ ਕਰਵਾਇਆ ਕੁਰਬਾਨੀ ਦਾ ਵੀ ਅਤੇ ਬੈਤੁੱਲਾ ਦੀ। ਅੱਜ ਅੱਜ ਦਾ ਮਾਨਾ ਹੁੰਦਾ ਹੈ ਇਰਾਦਾ ਕਰਨਾ, ਕਸਰਤ ਕਰਕੇ ਸਫ਼ਰ ਕਰਕੇ ਕਿਸੇ ਦਰ ਜਾਵਣਾ, ਉਹਨੂੰ ਅਰਬੀ ਦੇ ਵਿੱਚ ਹੱਜ ਆਦਾ। ਲੇਕਿਨ ਸ਼ਰੀਅਤ ਦੀ ਇਸਤਿਲਾਹ ਦੇ ਅੰਦਰ ਹੁਣ ਹੱਜ ਦਾ ਮਾਨਾ ਬੈਤੁੱਲਾ ਦਾ ਕਸਰਤ ਕਰਕੇ ਵਜਣਾ, ਕਿਦਾਂ ਹੀ ਹੋਰ ਨਾ ਵਜਣ। ਜਿਵੇਂ ਸਲਾਤ ਹੈ ਕੁਰਾਨ ਸਲਾਤ, ਇਹਦਾ ਤਾਂ ਮਾਨਾ ਬਦਨੀ ਇਬਾਦਤ, ਲੇਕਿਨ ਸਾਡੀ ਹੁਣ ਸ਼ਰੀਅਤ ਦੀ ਇਸਤਿਲਾਹ 'ਚ ਇਹ ਸਲਾਤ ਦਾ ਮਾਨਾ ਇਹ ਨਮਾਜ਼ ਹੈ ਜਿਹੜੀ ਅਸਾਂ ਪੜ੍ਹਨਾ। ਮਾਨਾ ਮੁਤੈਨ ਹੋ ਪੈਂਦਾ ਨਾ। ਹੁਣ ਜ਼ਕਾਤ ਦਾ ਲਫ਼ਜ਼ ਹੈ, ਇਹਦਾ ਮਾਨਾ ਪਾਕੀਜ਼ਗੀ, ਤਹਾਰਤ। ਲੇਕਿਨ ਸ਼ਰੀਅਤ ਦੀ ਇਸਤਿਲਾਹ 'ਚ ਇਹਦਾ ਮਾਨਾ ਆਪਣੇ ਮਾਲ ਨੂੰ ਅੱਲਾ ਦਾ ਹਿੱਸਾ ਕੱਢ ਕੇ ਪਾਕ ਕਰਨਾ। ਚੱਲੀਵਾਂ ਹਿੱਸਾ ਹੈ ਸਾਲ ਤੋਂ ਬਾਅਦ, ਅਤੇ ਆਪਣੀ ਫਸਲ ਦਾ ਵੀਹਵਾਂ ਹਿੱਸਾ ਹੈ, ਨਹਿਰੀ ਖਰਚੇ ਵਾਲੀਆਂ ਜ਼ਮੀਨਾਂ ਅਤੇ ਬਰਾਨੀਆਂ ਦਵੇਦਾਂ ਵਾਲਾ ਹਿੱਸਾ ਹੈ। ਇਹ ਮੈਂ ਤਾਂ ਬੈਠਾ ਦੱਸਣਾ ਕਿ ਜਿਵੇਂ ਨਮਾਜ਼ ਫਰਜ਼ ਹੈ, ਇਹ ਚੀਜ਼ਾਂ ਇੰਨੇ ਫਰਜ਼ ਹਨ। ਸਿਰਫ਼ ਸੂਫੀ ਬਣਨਾ ਕਾਫੀ ਨਹੀਂ। ਅਤੇ ਤੁਹਾਨੂੰ ਮੈਂ ਕਈ ਵਾਰੀ ਆਖਿਆ, ਗੋਡੇ ਉੱਤਾਂ ਖੜ੍ਹੇ ਕਰਕੇ ਅਤੇ ਬਾਹਰੋਂ ਅਰਕਾਂ ਬੰਨ ਕੇ ਨਾ ਬੈਠੇ ਕਰੋ, ਚੰਗੀ ਗੱਲ ਹੀ ਨਹੀਂ। ਬਚ ਵੈਸੋ ਜਿਉਂ ਆਪਣਾ ਬਰਬਾਦ ਨਾ ਕੀਤਾ ਕਰੋ। ਅੱਲਾ ਫਰਮਾਉਂਦਾ ਹੈ ਇਜ਼ ਬਵਅਨਾ ਲਇਬਰਾਹੀਮ ਮਕਾਨਲ ਬੈਤ, ਜਿਹੜੇ ਵੇਲੇ ਅਸਾਂ ਮੁਕਰਰ ਕਰ ਦਿੱਤਾ, ਤਿਆਰ ਕਰ ਦਿੱਤਾ ਇਬਰਾਹੀਮ ਵਾਸਤੇ ਬੈਤੁੱਲਾ ਦੀ ਜਗ੍ਹਾ ਨੂੰ। ਰਿਵਾਇਤ ਦੇ ਅੰਦਰ ਤਫਸੀਰਾਂ ਦੇ 'ਚ ਆਇਆ ਬਈ ਉਹ ਤੂਫਾਨ ਹੈ ਨੂਹ ਤੋਂ ਬਾਅਦ, ਉਹਦੇ ਕੋਈ ਨਿਸ਼ਾਨ ਨਾਨ, ਉੱਤੇ ਰੇਤਾਂ ਚੜ੍ਹ ਗਈਆਂ, ਟਿੱਬੇ ਉਹਦੇ ਐਰੇ ਹੀ ਮਿੱਟ ਮਿਟਾ ਗਏ। ਅੱਲਾ ਨੇ ਇੱਕ ਹਨੇਰੀ ਖੋਲ੍ਹੀ। ਬਾਅਦ ਮੁਫੱਸਰੀਨ ਬੜੀ ਅਜੀਬ ਅਜੀਬ ਗੱਲਾਂ ਲਿਖੀ, ਉਹ ਜਿਸ ਵੇਲੇ ਅੰਧੇਰੀ ਆਈ ਤਾਂ ਉਹਦਾ ਇੱਕ ਸਿਰ ਆਈ, ਸਿਰ ਆਈ ਉਸ ਹਨੇਰੀ ਦਾ ਸਿਰ, ਅਤੇ ਉਹ ਬੋਲਣ ਲੱਗ ਗਈ, ਹੈ ਇਬਰਾਹੀਮ ਇਹ ਇਥਾਂ ਹੀ ਇਹ ਬੈਤੁੱਲਾ ਦੇ ਐਰੇ, ਇਹ ਹੁਣੇ ਮਿੱਟੀ ਰੇਤ ਹਟ ਵਈ ਸੀ ਅਤੇ ਤੈਨੂੰ ਨਜ਼ਰ, ਇਹ ਤਾਂ ਹੀ ਗੱਪਾਂ ਬਾਹਰ ਆਣ। ਅੱਲਾ ਨੇ ਹਵਾ ਭੇਜ ਕੇ ਉਹ ਰੇਤਾਂ ਦੇ ਟਿੱਬੇ ਹਟਾ ਦਿੱਤੇ ਅਤੇ ਤੱਲੂ ਜਿਹੜੇ ਐਰੇ ਨਾਨ ਪੂਰੇ ਪਏ ਬੈਤੁੱਲਾ ਦੇ, ਉਹ ਨਜ਼ਰ ਆਵਣ ਲੱਗ ਗਏ। ਇਬਰਾਹੀਮ ਅਲੈ ਸਲਾਮ ਨੂੰ ਅੱਲਾ ਉੱਥੇ ਨਹੀਂ ਰਹਿੰਦੇ ਹਨ, ਇਬਰਾਹੀਮ ਅਲੈ ਸਲਾਮ ਤਾਂ ਇਰਾਕ ਦੇ ਹਨ। ਇਹ ਮੱਕੇ ਦੀ ਗੱਲ ਹੈ, ਇਰਾਕ ਅਤੇ ਮੱਕੇ ਨੂੰ ਬੜਾ ਫਾਸਲਾ ਹੈ। ਇਰਾਕ 'ਚੋਂ ਬਸਤੀ ਉਰ 'ਚੋਂ ਹਿਜਰਤ ਕਰਕੇ ਫਲਸਤੀਨ ਚਲੇ ਗਏ, ਸ਼ਾਮ ਦੇ ਇਲਾਕੇ 'ਚ, ਉੱਥੋਂ ਅੱਲਾ ਨੇ ਇੱਦੇ ਭੇਜਿਆ। ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿਵੇਂ ਭੇਜਿਆ ਜੀ, ਭਲਾ ਕਿਵੇਂ ਭੇਜਿਆ ਜੀ, ਕੋਈ ਪਤਾ ਨਹੀਂ। ਹਾਂ, ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੂੰ ਅੱਲਾ ਕਿਹਾ ਜੀ ਆਪਣੀ ਬੀਵੀ ਅਤੇ ਇਹਦਾ ਬੇਟਾ ਇਸਮਾਈਲ ਨੂੰ ਹਜ਼ਾਰਾਂ ਮੀਲ ਦੂਰ ਉੱਥੇ ਇਕੱਲਾ ਛੋੜ ਆ,
ਇਹ ਉੱਥੇ ਵਤ ਆਉਂਦੇ ਵਹਿੰਦੇ ਹਨ। ਵਤ ਇਸਮਾਈਲ ਅਲੈਹ ਸਲਾਮ ਬਾਲਗ ਵੀ ਹੋ ਗਏ ਬਹਰਹਾਲ, ਅਤੇ ਉਸ ਵੇਲੇ ਬਾਲਗ ਹਨ ਜਿਹੜੇ ਲੈ ਅੱਲਾ ਜਾ ਵੀ ਖਾਈ ਬੈਤੁੱਲਾ ਦੀ, ਉਸ ਵੇਲੇ ਪਿਓ ਪੁੱਤਰਾਂ ਰਲ ਕੇ ਬਣਾਇਆ ਹਨ ਸ਼ਾਮ ਦੇ, ਲੇਕਿਨ ਆਉਂਦੇ ਵਹਿੰਦੇ ਹਨ ਉੱਥੇ। ਉਹਨਾਂ ਦਾ ਗੁੰਬਾ ਜੋ ਬਣ ਗਿਆ ਆਬਾਦ ਜੋ ਆਈ। ਵਤ ਅੱਲਾ ਇੱਕ ਦਿਹਾੜੇ ਉਹ ਜਗ੍ਹਾ ਹੀ ਵਿਖਾ ਦਿੱਤੀ। ਇਜ਼ ਬਵਾਨਾ ਲਿਬਰਾਹੀਮਾ ਮਕਾਨ ਅਲ ਬੈਤ, ਜਿਹੜੇ ਵੇਲੇ ਅੱਲਾ ਨੇ ਉਹ ਜਗ੍ਹਾ ਮੁਕਰਰ ਫਰਮਾ ਦਿੱਤੀ, ਜ਼ਾਹਿਰ ਫਰਮਾ ਦਿੱਤੀ, ਅੱਲਾ ਫਰਮਾਇਆ ਮੇਰੇ ਪਾਕ ਪੈਗੰਬਰ ਇਹਨੂੰ ਤਿਆਰ ਫਰਮਾਓ। ਅਤੇ ਕਿਉਂ ਤਿਆਰ ਕਰਨਾ? ਅਨ ਅੱਲਾ ਤੁਸ਼ਰ ਕਬੀ ਸ਼ਿਆ, ਕਿ ਇਹਦੇ ਅੰਦਰ ਤੁਸਾਂ ਰਹਿਣਾ ਅਤੇ ਵੱਲ ਤੌਹੀਦ ਦਾ ਐਲਾਨ ਕਰਦਿਆਂ ਰਹਿਣਾ, ਮੇਰੇ ਨਾਲ ਕਹਿ ਹੋਰ ਨੂੰ ਸ਼ਰੀਕ ਬਣਾਉਣਾ, ਮੇਰੀ ਇਬਾਦਤ ਦੇ ਅੰਦਰ, ਮੇਰੀ ਬੰਦਗੀ ਦੇ ਅੰਦਰ, ਮੇਰੇ ਜ਼ਿਕਰ ਦੇ ਅੰਦਰ, ਮੇਰੇ ਪਾਕ ਪੈਗੰਬਰ ਕਹਿ ਹੋਰ ਨੂੰ ਸ਼ਾਮਿਲ ਨਹੀਂ ਕਰਨਾ। ਮੈਂ ਆਪਣਾ ਘਰ ਬਣਵਾ ਰਿਹਾ ਆਪਣੀ ਤੌਹੀਦ ਦਾ ਐਲਾਨ ਕਰਵਾਉਣ ਵਾਸਤੇ। ਵਾਅਲਤਗਿਰ ਬੈਤਿਆ ਲਿਤਾਇਫੀਨ ਵਲਕਾਇਮੀਨ ਵਰੁਕੈ ਸੁਜੂਦ। ਦੂਏ ਮਕਾਮ 'ਤੇ ਜਿੱਥੇ ਦੋਵੇਂ ਪਿਓ ਪੁੱਤਰ ਬਣਾਈਂਦੇ ਖਲੇ, ਉੱਥੇ ਅੱਲਾ ਦਾ ਅੰਤ ਹੈਰਾ ਬੈਤਿਆ ਲਿਤਾਇਫੀਨ ਵਲਆਕਿਫੀਨ, ਇੱਥੇ ਲਿਤਾਇਫੀਨ ਵਲਕਾਇਮੀਨ, ਜਿੱਥੇ ਇਬਰਾਹੀਮ ਅਲੈਹ ਸਲਾਮ ਨੂੰ ਅੱਲਾ ਅਕੇਲੇ ਪਿਆ ਦੇ, ਹਾਲੀ ਬਣਿਆ ਨਹੀਂ, ਉਹ ਜਿਹੜੇ ਗੱਲ ਕੀਤੀ ਆਈ ਉਸ ਵੇਲੇ ਬਣ ਗਿਆ। ਅੱਲਾ ਕੀ ਪਿਆ ਫਰਮਾਉਂਦਾ? ਬਿਲਕੁਲ ਸਪੀਕਰ ਹੈ ਖਰਾਬ ਹੈ, ਇਹ ਅੱਲਾ ਨਹੀਂ ਪਿਆ ਫਰਮਾਉਂਦਾ, ਮੈਂ ਫਰਮਾਉਂਦਾ। ਤਹਿਰ ਬੈਤੀ ਲਿਤਾਇਫੀਨ ਵਲਕਾਇਮੀਨ ਵਰੁਕੈ ਸੁਜੂਦ, ਇਹ ਮੇਰੇ ਪਾਕ ਪੈਗੰਬਰ ਜੀ ਮੇਰੇ ਘਰ ਨੂੰ ਵੱਲ ਸੁਥਰਾ ਰੱਖਣਾ ਹੈ, ਮੇਰੇ ਘਰ ਦੀ ਸਫਾਈ ਰੱਖਣੀ ਹੈ, ਇਹਨੂੰ ਪਾਕ ਰੱਖਣਾ ਹੈ, ਸ਼ਿਰਕ ਅਲੀ ਨਜਾਸਤ ਕੋਲੋਂ ਵੀ ਪਾਕ ਰੱਖਣਾ ਹੈ, ਦੋਈ ਮੀਆਂ ਗੰਦਗੀ ਨਜਾਸਤ ਕੋਲੋਂ ਵੀ ਪਾਕ ਰੱਖਣਾ ਹੈ। ਲਿਤਾਇਫੀਨ ਤਵਾਫ ਕਰਨ ਵਾਲਿਆਂ ਵਾਸਤੇ, ਵਲਕਾਇਮੀਨ ਕਿਆਮ ਕਰਨ ਵਾਲਿਆਂ ਵਾਸਤੇ, ਵਰੁਕੈ ਸੁਜੂਦ ਰੁਕੂ ਕਰਨ ਵਾਲਿਆਂ ਵਾਸਤੇ, ਸਜਦੇ ਕਰਨ ਵਾਲਿਆਂ ਵਾਸਤੇ, ਮੇਰੇ ਪਾਕ ਪੈਗੰਬਰ ਤੇ ਤੁਸਾਂ ਇੱਥੇ ਕਲਿਆ ਨਹੀਂ ਆਉਣਾ, ਬੜਾ ਅਰਸਾ ਗੁਜ਼ਰ ਗਿਆ ਏ, ਵਕਫਾ ਆਇਆ ਏ, ਕੋਈ ਇੱਦੇ ਨਹੀਂ ਆਇਆ ਇਬਾਦਤ ਵਾਸਤੇ। ਨੂਹ ਅਲੈਹ ਸਲਾਮ ਦੇ ਤੂਫਾਨ ਤੋਂ ਬਾਅਦ ਮਿੱਠ ਮਿਟਾ ਗਿਆ, ਬੜਾ ਅਰਸਾ ਹੋ ਗਿਆ ਹੈ, ਹੁਣ ਮੈਂ ਮੇਰੇ ਪਾਕ ਪੈਗੰਬਰ ਕੇ ਫਰਮਾ ਰਿਹਾ, ਅਜ਼ਨ ਫਿਨਾਸ ਬਿਲ ਹਜ, ਹੁਣ ਤੁਸਾਂ ਟੀਲੇ ਤੇ ਚੜ ਕੇ ਖੁੱਲ੍ਹੇਆਮ ਐਲਾਨ ਕਰਨਾ ਲੋਕਾਂ ਦੇ ਅੰਦਰ, ਅਜ਼ਨ ਲਿਨਾਸ ਬਿਲ ਹਜ, ਲੋਕਾਂ ਦੇ ਸਾਹਮਣੇ, ਲੋਕਾਂ ਦੇ ਅੰਦਰ, ਅਜ਼ਨ ਫਿਨਾਸ ਬਿਲ ਹਜ, ਲੋਕਾਂ ਨੂੰ ਆਖਣਾ ਹੈ ਆਓ ਲੋਗੋ, ਮੈਂ ਹੁਣ ਦੁਬਾਰਾ ਅੱਲਾ ਦਾ ਘਰ ਅੱਲਾ ਦੇ ਆਡਰ ਨਾਲ ਬਣਾ ਦਿੱਤਾ ਹੈ, ਲਿਆਦਾ ਆਓ ਅੱਲਾ ਦੇ ਘਰ ਦਾ ਤਵਾਫ ਕਰੋ, ਅੱਲਾ ਦੇ ਘਰ ਦੇ ਅੰਦਰ ਆਣ ਕੇ ਇਤਕਾਫ ਪਵੋ। ਅੱਲਾ ਫਰਮਾਉਂਦਾ ਹੈ ਜਿਹੜੇ ਵੇਲੇ ਤੁਸਾਂ ਐਲਾਨ ਫਰਮਾਉਣਾ ਹੈ, ਯਾ ਤੂ ਕਾਰਿਜਾਲ ਵਾਲਾ ਕੁਲ ਲਦਾ ਮੇਰੇ ਨਾਲ, ਯਤੀਨ ਮਿਨ ਕੁੱਲ ਫਜਨ ਅਮੀਕ, ਐਲਾਨ ਕਰਨਾ ਹੈ ਮੇਰਾ ਇਬਰਾਹੀਮ ਖਲੀਲੁੱਲਾ ਹੈ ਤੇਰਾ ਕੰਮ ਆਉਣਾ ਹੈ, ਤੇ ਟੀਲੇ ਤੇ ਚੜ ਕੇ ਕੀਤਾ ਹੋਇਆ ਐਲਾਨ ਪੂਰੀ ਦੁਨੀਆ ਤੱਕ ਪਹੁੰਚਾ ਦੇਵਣਾ ਮੇਰਾ ਕੰਮ ਆਉਣਾ ਹੈ, ਤੁਸੀਂ ਐਲਾਨ ਕਰਨਾ ਹੈ ਅਜ਼ਨ ਫਿਨਾਸ ਬਿਲ ਹਜ, ਹੁਣ ਲੋਕਾਂ ਦੇ ਅੰਦਰ ਐਲਾਨ ਹੋ ਵਣੇ
आओ लोगो अल्लाह दा घर वल दोबारा तैयार हो गए। अल्लाह फरमांदा या तू कर जालन वल पैदा लवण वाले भी भज भज के आंदे पयो सन वाला कुल्ले जामिर ते मियां खाइयां ते दूर दराज दे वादियां ते घाटियां दे अंदर रहण वाले अपनियां डाचियां नू अला कुल्ले जामिर भावे पतलियां दुबलियां उन्हां नू भजा भजा के मेरे घर दे तवाब वास्ते आ रहे उस। अल्लाह हो अकबर। अल्लाह दे ऐलान तू कर ते अपना ही सा मैं। अल्लाह अपना देंदा है ओ खलोती आई टिब्बे दुते एक कीड़ी मकौड़ा खला उसे गल कीती आई अल्लाह सुलेमान दे कन्ना तक पहुँचाई आई कि नहीं अलैहि सलातो व सलाम। अल्लाह दे अज़न फिन्नास तू एक बारी ऐलान त कर ये ऐलान मैं बड़ा फैला देसा वैसे ही अल्लाह दे तौहीद दा ऐलान फैलावण च मेरी अपनी रहमत शामिल होंदी। वल जड़े वेले आसन उन्हां दे दोरे दोरे फैदे उसन ले यशहदु मनाफिअ लहुम आसन ते उन्हां नूं इत्थे फायदे हासिल होसन। एक तां दीन दा फायदा भी लभ वैणा है इत्थे हुक्का पी वैणा है बैठा ले यशहदु मनाफिअ लहुम ताके आवेन ते अपने फायदे हासिल करन वास्ते आवेन उन्हां नूं दीन दा फायदा भी मिलसी ते वल गैर मुल्की मियां दुआ दू लोग आसन अपने समान तिजारत भी लैके आसन ते आवन वालेयां नूं उन्हां तिजारत नाल भी फायदा हासिल होसी। एक इलाके दियां जिनसां दूए इलाके च वैसन दूए दियां त्रीए इलाके दे अंदर वैसन इंज तरह असां इन्हां नूं दीनी फायदा भी देवना है इन्हां नूं दुनिया भी फायदा भी देवना है। एक तो यह गल होई तो दूई गल जिहड़े वेले इन्हां हज ते आवना है वा यज़कुरु सुमल्ला उच्चा चा आखो सुभान अल्लाह यज़कुरु सुमल्ला फी अय्यामिन मालूमातिन फी अय्यामिन मालूमातिन अला कहुम मिन बहीमतिल अनाम फैदे भी आण के हासिल करे सन ते वल जेड़े असा जानवर इन्हां दे वास्ते हलाल कीते न ओ साडे नां ते आण के ज़बा भी करे सन ले यज़कुरु सुमल्ला। अल्लाह ने कानून दसिया जदा भी कह जानवर दी जान लैनी है उत्ते अल्लाह दा नाम लै के लैनी है। बाबे दा कह पीर दा किसे हजरत दा नाम ये दितियो या कह दियन ते ए उसे दे नाम ते ज़बह करनी है ते उसे दा नाम लै के ज़बह करनी है। एक होंदा है ना कहंदे ना ते ज़बा करना मतलब होंदा कह नूं राजी करन वास्ते उहदी खुशनूदी तकर्रब लैण वास्ते ज़बा करना ये होंदी नीयत। एक होंदा ना लै ते ज़बा करना यानी ज़बा करन वाले कहंदा ना पिया लैंदा है ये दोवें गल्लां कहंदे वास्ते होणियां चाहीदियां। अगर ज़बा करन वाले तो अल्लाह का ना लिया मगर नीयत ये आई कि मैं फलाने बाबे दे नाँ ते पिया ज़बा करना जी ओ मेरे उत्ते राधी हो वंजे वाते भावें सत्तर वेरी उत्ते अल्लाह का ना फेरी रखे तकबीर उंजे हराम हो सी जिवें सूअर हराम। दो चीज़ा जरूरी हैं अंदरों भी अल्लाह वास्ते ते उत्तों भी। हाँ وَيَذْكُرُ اسْمَ اللَّهِ فِي أَيَّامٍ مَّعْلُومَاتٍ لَّا مَرَضَكُمْ مِنْ بَهِيمَةِ الْأَنْعَامِ अल्लाह फरमांदा है जिहड़े हलाल जानवर रसा इन्हां नूं दित्ते होसन उन्हां दे उत्ते इत्थे आण के साडे नां ते साडा नां लै के ज़बा करे सन।
ਵਲੱਲਾ ਫਰਮਾਂਦਾ ਹੈ ਜਿਹੜ ਵੇਲੇ ਸਬਾ ਕਰ ਲੈਣਾ ਹੈ ਯਾਨੀ ਕੁਰਬਾਨੀ ਹਾਜੀਆਂ ਨੇ ਕਰਨੀ ਹੈ, ਅੱਲਾ ਫਰਮਾਂਦਾ ਅਤਿਮੂ ਮਿਨ ਕੁਲੂ ਮਿਨ ਆਵਾ ਅਤਿਮੁਲ ਬਾਇਸਲ ਫਕੀਰਾ, ਇਹ ਕੁਰਬਾਨੀ ਵਾਲੇ ਗੋਸ਼ਤ ਵਿੱਚੋਂ ਆਪ ਵੀ ਖਾਵਣਾ ਹੈ ਅਤੇ ਮੰਗਣ ਵਾਲੇ ਫਕੀਰ ਨੂੰ ਵੀ ਦੇਵਣਾ ਹੈ। ਸਾਰਾ ਆਪ ਨਹੀਂ ਖਾ ਬਹਿਣਾ, ਇਹ ਕੁਰਾਨ ਪਿਆਦਾ। ਪੁੱਛਦੇ ਹੋ ਨਾ ਜੀ ਕੁਰਬਾਨੀ ਦੇ ਗੋਸ਼ਤ ਦੇ ਕਿਤਨੇ ਹਿੱਸੇ ਹੁੰਦੇ? ਹਿੱਸੇ, ਹਿੱਸਿਆਂ ਦਾ ਨਹੀਂ ਮਤਲਬ, ਮਤਲਬ ਇਹ ਆਪ ਹੀ ਖਾਓ ਅਤੇ ਗਰੀਬ ਨੂੰ ਵੀ ਖਵਾਓ। ਬਸ ਅੱਲਾ ਅੱਲਾ, ਆਪਣੇ ਕਰੀਬੀ ਰਿਸ਼ਤੇਦਾਰਾਂ ਦਾ ਸਭ ਤੋਂ ਪਹਿਲੇ ਹੱਕ ਹੁੰਦਾ, ਜਿਹਨਾਂ ਕੁਰਬਾਨੀ ਨਹੀਂ ਕੀਤੀ ਰਿਸ਼ਤੇਦਾਰ ਉਹਨਾਂ ਨੂੰ ਪਹਿਲੇ ਦਿਓ, ਫਿਰ ਇੰਨੇ ਤਰ੍ਹਾਂ ਅੱਗਾਂ ਅੱਗਾਂ ਜਿਵੇਂ ਕੋਈ ਜ਼ਰੂਰਤਮੰਦ ਹੈ। ਅਲ ਬਾਇਸ ਅਲ ਫਕੀਰ, ਕੁਰਬਾਨੀ ਹੱਜ ਹੈ ਫਰਜ਼, ਲੇਕਿਨ ਇਹ ਹੱਜ ਦੀ ਯਾਦ ਤਾਜ਼ਾ ਕਰਦਾ। ਤੁਹਾਨੂੰ ਪਤਾ ਹੈ ਨਾ ਹਜ਼ਰਤ ਇਬਰਾਹੀਮ ਅਲੈ ਸਲਾਮ ਇਸਮਾਈਲ ਅਲੈ ਸਲਾਮ ਦੀ ਕੁਰਬਾਨੀ ਦੇਣ ਲੱਗੇ ਹਨ, ਅੱਲਾ ਉਹਨਾਂ ਨੂੰ ਬਚਾ ਲਿਆ ਹੀ, ਅਤੇ ਅੱਲਾ ਦਾ ਫਦੈ ਨਾ ਹੋ ਬੇਜ਼ਿਬਹਿਨ ਅਜ਼ੀਮ, ਅਮਨੇ ਉਸ ਕਾ ਬਦਲਾ ਦਿਆ ਇੱਕ ਬਹੁਤ ਬੜੀ ਜ਼ਿਬਾ ਕੇ ਸਾਥ। ਬਹੁਤ ਬੜੀ ਜ਼ਿਬਾ, ਕਿਆਮਤ ਤੱਕ ਲੋਕ ਇਬਰਾਹੀਮ ਦੀ ਯਾਦ 'ਚ ਅੱਲਾ ਦੇ ਨਾਂ 'ਤੇ ਜ਼ਬਾ ਕੀਤੀ ਰੱਖ ਸਕਦੇ। ਬੱਕਰੇ, ਛਤਰੇ, ਦੁੰਬੇ, ਗਾਈਂ, ਮੱਝੀਂ, ਕੱਟੇ, ਅੱਲਾ ਦੇ ਨਾਂ 'ਤੇ ਜਿਤਨੇ ਵੀ ਹਲਾਲ ਜਾਨਵਰ ਅੱਲਾ ਪਾਲਤੂ ਹਲਾਲ ਜਾਨਵਰ ਬਣਾਏ, ਬੇਦੇ, ਦੁੰਬੇ, ਬੱਕਰੀ, ਆਪਣੀ 11 ਨਸਲਾਂ ਦੀਆਂ ਬੱਕਰੀਆਂ ਆਉਂਦੀਆਂ, ਇਹ ਬੇਡਾਂ ਦੀਆਂ ਵੀ 3 ਨਸਲਾਂ ਹਨ, ਦੁੰਬਾ ਵੀ ਇੱਕ ਨਸਲ ਹੈ ਬੇਡ ਦੀ, ਇਹ ਗਾਂ ਦੀਆਂ 2 ਨਸਲਾਂ ਹਨ, ਇੱਕ ਗਾਂ ਅਤੇ ਦੂਈ ਨੂੰ ਮੱਝ ਆਉਂਦੇ ਹਾਂ, ਮੱਝ ਵੀ ਗਾਂ ਦੀ ਨਸਲ ਹੈ, ਇਹ ਨਸਲ ਇੱਕ ਹੈ, ਜਿਵੇਂ ਲੈਲਪੁਰੀ ਅਤੇ ਟੇਡੀ ਬੱਕਰੀ ਦੋਵੇਂ ਬੱਕਰੀਆਂ ਹੈ ਨਾ, ਹੈ ਨਾ, ਲੇਕਿਨ ਸ਼ਕਲ ਹੀ ਨਹੀਂ ਰਲਦੀ, ਅਕਲ ਹੀ ਨਹੀਂ ਰਲਦਾ, ਇਹਨਾਂ ਦਾ ਦੁੱਧ ਹੀ ਨਹੀਂ ਰਲਦਾ, ਇਹਨਾਂ ਦਾ ਸੂਆ ਹੀ ਨਹੀਂ ਰਲਦਾ, ਇਹਨਾਂ ਦਾ ਖੱਦ ਹੀ ਨਹੀਂ ਰਲਦਾ। ਹੁਣ ਕੋਈ ਆਖੇ ਨਹੀਂ ਜੀ ਜਿਹੜੀ ਲੰਮੇ ਕੰਨਾਂ ਵਾਲੀ ਪੀਤਲ ਹੈ ਉਹਦੀ ਤਾਂ ਕੁਰਬਾਨੀ ਜਾਇਜ਼ ਹੈ, ਅਤੇ ਟੇਡੀ ਤਾਂ ਅਰਬ ਵਿੱਚ ਆਉਂਦੀ ਕੋਈ ਨਾ ਜੀ ਇਹਦੀ ਨਜਾਇਜ਼ ਹੈ, ਜਿਹੜਾ ਆਦਾ ਹੈ ਨਾ ਜੀ ਗਾਂ ਦੀ ਤਾਂ ਜਾਇਜ਼ ਹੈ ਅਤੇ ਕੱਟੇ ਅਤੇ ਮੱਝ ਦੀ ਨਹੀਂ ਆਉਂਦੀ, ਇਸ ਨੂੰ ਕਿਉਂਕਿ ਇਹਨੂੰ ਅਕਲ ਹੀ ਕੋਈ ਨਹੀਂ, ਇਹਨੂੰ ਇਹ ਪਤਾ ਹੀ ਕੋਈ ਨਹੀਂ ਕਿ ਅਰਬਾਂ ਦੇ ਹਾਂ ਇਹ ਮੱਝ ਜਿਹੜੀ ਹੈ ਗਾਓ ਮੇਸ਼ ਹੈ ਜਾਂ ਮੂਸ ਹੈ, ਗਾਂ ਦੀ ਨਸਲ ਹੈ, ਜਿਵੇਂ ਆਮ ਗਾਂ ਦੀ ਕੁਰਬਾਨੀ ਜਾਇਜ਼ ਹੈ ਇੰਜੇ ਕੱਟੇ ਦੀ ਵੀ ਜਾਇਜ਼ ਹੈ। ਉਹ ਸਮਝ ਆਈ ਕਿ ਨਹੀਂ ਆਈ? ਇਹ ਅੱਗਾਂ ਜਿਨਸਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਆਪਣੀਆਂ ਆਪਣੀਆਂ ਨਸਲਾਂ। ਅੱਲਾਹੁ ਅਕਬਰ, ਫਰਮਾਇਆ ਕੁਲੂ ਮਿਨ ਆਵਾਤਿਮੁਲ ਬਾਇਸਲ ਫਕੀਰ, ਆਪ ਵੀ ਖਾਓ ਅਤੇ ਤੰਗ ਦਸਤ ਗਰੀਬ ਨੂੰ ਵੀ ਖਵਾਓ। ਅੱਲਾ ਫਰਮਾਉਂਦਾ ਹੈ ਮੇਰੇ ਪਾਕ ਪੈਗੰਬਰ, ਕੁਰਬਾਨੀ ਦੀ ਅਹਿਮ ਤਰੀਨ ਮਸਲਾ ਹੈ, ਇੰਨਾ ਕਲ ਕੌਸਰ, ਮੇਰੇ ਪਾਕ ਪੈਗੰਬਰ ਅਸਾਂ ਤੁਹਾਨੂੰ ਬਹੁ ਕੁਛ ਅਤਾ ਫਰਮਾਇਆ ਹੈ, ਤੁਹਾਨੂੰ ਇਲਮ ਵੀ ਬਹੁ ਦਿੱਤਾ ਹੈ, ਅਮਲ ਵੀ ਬਹੁ ਦਿੱਤਾ ਹੈ, ਤੁਹਾਨੂੰ ਉਮਤ ਵੀ ਬਹੁ ਦਿੱਤੀ, ਤੁਹਾਨੂੰ ਫਜ਼ਲ ਵੀ ਬੜਾ ਦਿੱਤਾ ਹੈ, ਤੁਹਾਨੂੰ ਖੈਰ ਵੀ ਬੜੀ ਦਿੱਤੀ, ਤੁਹਾਨੂੰ ਰਹਿਮਤ ਵੀ ਬੜੀ ਦਿੱਤੀ, ਤੁਹਾਨੂੰ ਬਰਕਤ ਵੀ ਬੜੀ ਦਿੱਤੀ। ਮੇਰੇ ਪਾਕ ਪੈਗੰਬਰ ਜਿਵੇਂ ਅਸਾਂ ਦੇਵਣ ਦੇ ਅੰਦਰ ਕੋਈ ਕਮੀ ਨਹੀਂ ਆਵਣ ਦਿੱਤੀ, ਇੰਨੇ ਤੁਸਾਂ ਵੀ ਦੇਵਣ ਦੇ ਅੰਦਰ ਕੋਈ ਕਮੀ ਨਹੀਂ ਲੈ ਆਵਣੀ, ਅਸਾਂ ਰਹਿਮਤਾਂ ਦੇਵੀਏ ਤੁਸਾਂ ਇਬਾਦਤਾਂ ਦਿਓ, ਅਸਾਂ ਆਪਣੇ ਫਜ਼ਲ ਕਰਾਏ ਤੁਸਾਂ ਆਪਣੇ ਅਮਲ ਪੇਸ਼ ਫਰਮਾਓ, ਲਿਆਜ਼ਾ ਫਸਲ ਲੇ ਰੱਬੇ ਕਾ ਵਨਹਰ, ਲਿਆਜ਼ਾ ਜਿਵੇਂ ਅਸਾਂ ਇਨਾਮ ਬਹੁ ਸਾਰੇ ਦੇ ਰਹੇ ਹੈ, ਆਪਣੇ ਫਜ਼ਲ ਬੜੇ ਸਾਰੇ ਦੇ ਰਹੇ ਹੈ, ਇੰਨੇ ਤਰ੍ਹਾਂ ਤੁਸਾਂ ਵੀ ਕਿਆ ਕਰਨਾ ਹੈ, ਫਸਲ ਲੇ ਰੱਬੇ ਕਾ, ਜਦੋਂ ਵੀ ਤੁਹਾਡੇ ਜਿਸਮੇ ਤਾਂ ਹਰ ਦੀ ਹਰਕਤ ਹੋਵੇ ਤੁਹਾਡੇ ਰੱਬ ਦੀ ਖਾਤਰ ਹੋਵੇ, ਤੁਹਾਡਾ ਕਿਆਮ ਵੀ ਰੱਬ ਦੀ ਖਾਤਰ ਹੋਵੇ, ਤੁਹਾਡਾ ਰੁਕੂ ਵੀ ਰੱਬ ਦੇ ਅੱਗੇ ਹੋਵੇ, ਤੁਹਾਡਾ ਸਜਦਾ ਵੀ ਰੱਬ ਦੇ ਅੱਗੇ ਹੋਵੇ, ਤੁਹਾਡਾ ਤਵਾਫ ਵੀ ਰੱਬ ਦੇ ਅੱਗੇ ਹੋਵੇ,
ਤੁਹਾਡਾ ਇਤਿਕਾਫ ਤੇ ਬੰਦਗੀ ਤਜ਼ੱਲਲ ਦਾ ਇਜ਼ਹਾਰ ਵੀ ਆਪਣੇ ਰੱਬ ਦੇ ਅੱਗੇ ਹੋਵੇ, ਤੁਹਾਡੀਆਂ ਪੰਜ ਟਾਈਮ ਦੀਆਂ ਨਮਾਜ਼ਾਂ ਵੀ ਰੱਬ ਵਾਸਤੇ ਤੇ ਤਹੱਜੁਦ ਵੀ ਰੱਬ ਵਾਸਤੇ ਹੋਵੇ, ਤੁਹਾਡੀਆਂ ਤਿਲਾਵਤਾਂ ਵੀ ਰੱਬ ਵਾਸਤੇ, ਤੁਹਾਡੀਆਂ ਰਿਆਜ਼ਤਾਂ ਵੀ ਰੱਬ ਵਾਸਤੇ, ਤੁਹਾਡੇ ਸੁਜੂਦ ਵੀ ਰੱਬ ਵਾਸਤੇ, ਤੁਹਾਡੇ ਖਮੂਦ ਵੀ ਰੱਬ ਵਾਸਤੇ, ਤੁਹਾਡੀ ਦੁਆ ਅਦਾ ਬੁਖਾ ਵੀ ਆਪਣੇ ਰੱਬ ਦੇ ਅੱਗੇ ਹੋਵੇ। ਲਿਆਜ਼ਾ ਮੇਰੇ ਪਾਕ ਪੈਗੰਬਰ ਜੀ, ਅਸਾਂ ਆਪਣੇ ਫਜ਼ਲ ਦੇਵਣ ਦੇ ਅੰਦਰ ਕਮੀ ਨਹੀਂ ਆਵਣ ਦੇਵਣੀ, ਤੁਸਾਂ ਆਪਣੀਆਂ ਬੰਦਗੀਆਂ ਇਬਾਦਤਾਂ ਤੇ ਆਪਣੇ ਅਮਲਾਂ ਦੇ ਅੰਦਰ ਕਮੀ ਨਹੀਂ ਆਵਣ ਦੇਵਣੀ। ਸਿਰਫ ਨਮਾਜ਼ ਨਾ, ਫਸਲ ਰੱਬੇ ਕਾ ਵਨਹਰ, ਨਮਾਜ਼ ਵੀ ਆਪਣੇ ਰੱਬ ਵਾਸਤੇ ਤੇ ਕੁਰਬਾਨੀ ਵੀ ਆਪਣੇ ਰੱਬ ਵਾਸਤੇ। ਆਪਣਾ ਬਦਨ ਇਹ ਵੀ ਮੀਆਂ ਸਰਵ ਕਰਨਾ ਬੜਾ ਔਖਾ ਹੁੰਦਾ ਹੈ, ਤੇ ਆਪਣਾ ਮਾਲ ਤਾਂ ਉਹਦੇ ਨਾਲ ਹੀ ਜ਼ਿਆਦਾ ਔਖਾ ਹੁੰਦਾ ਹੈ ਖਰਚ ਕਰਨਾ। ਬਸ ਇਹ ਲੋਕ ਨਮਾਜ਼ਾਂ ਪੜ੍ਹ ਲੈਂਦੇ ਹਨ, ਕੁਰਬਾਨੀਆਂ ਦੇ ਵੇਲੇ ਨਹੀਂ ਨੇੜੇ ਆਉਂਦੇ, ਜ਼ਕਾਤ ਦਾ ਵੇਲਾ ਆਵੇ ਤੇ ਨਹੀਂ ਆਉਂਦੇ ਹੈ, ਉਸ਼ਰ ਦਾ ਵੇਲਾ ਆਵੇ ਤੇ ਨਸ ਵੈਂਦੇ ਹਨ। ਅੱਲਾ ਫਰਮਾਉਂਦਾ ਮੇਰੇ ਪਾਕ ਪੈਗੰਬਰ ਜੀ, ਤੁਸਾਂ ਐਲਾਨ ਕੇ ਕਰਨਾ ਹੈ, ਕੁਲ ਇਨ ਸਲਾ ਨਮਾਜ਼ ਵੀ ਤੇ ਮੇਰੀ ਬੋਲੋ ਕੁਰਬਾਨੀ ਨੌ ਸੌ ਕੀ। ਬੜੀ ਮਹਿੰਗੀ ਹੋ ਗਈ ਇਸ ਵਾਰੀ, ਗਏ ਮੰਡੀ ਵਿੱਚ ਕਦਾਈ, ਬੜੀ ਮਹਿੰਗੀ। ਲੇਕਿਨ ਸਾਹਿਬ ਇਸਤੇਤਾਤ ਜਿਹੜਾ ਬੰਦਾ ਏ ਉਹਨੂੰ ਤਾਂ ਕਰਨੀ ਚਾਹੀਦੀ। ਸਾਡੇ 52 ਤੋਲੇ ਚਾਂਦੀ ਜਾਂ ਉਹਦੀ ਮਾਲੀਅਤ ਦਾ ਸਾਮਾਨ ਕਿਸੇ ਬੰਦੇ ਕੋਲੋਂ ਅਸ਼ਿਆਏ ਜ਼ਰੂਰੀਆ ਕੋਲੋਂ ਫਾਰਗ ਹੈ। ਅਸ਼ਿਆਏ ਜ਼ਰੂਰੀਆ ਕਿਆ ਹੁੰਦੀ ਹੈ? ਰਿਹਾਇਸ਼ ਦਾ ਮਕਾਨ, ਘਰ ਦੇ ਬਿਸਤਰੇ, ਮੰਜੀ, ਭਾਂਡਾ ਟਿੰਡੁਰ ਸਮਾਨ, ਬੰਦੇ ਦੀ ਸਵਾਰੀ, ਇਹ ਅਸ਼ਿਆਏ ਜ਼ਰੂਰੀਆ ਹੈ। ਇਹਨਾਂ ਤੋਂ ਇਲਾਵਾ ਜਿਹਦੇ ਕੋਲੋਂ ਸਾਡੇ 52 ਤੋਲੇ ਚਾਂਦੀ ਜਾਂ ਉਹਦੀ ਕੀਮਤ ਜਾਂ ਉਹਦੇ ਬਰਾਬਰ ਕੋਈ ਜਾਇਦਾਦ ਮੌਜੂਦ ਹੈ, ਉਹਦੇ ਵਾਸਤੇ ਕੁਰਬਾਨੀ ਕਰਨਾ ਲਾਜ਼ਮ ਹੈ। ਉਹ ਸਮਝ ਆਈ ਕਿ ਨਹੀਂ ਆਈ? ਮੁਸਾਫਿਰ ਵਾਸਤੇ ਨਹੀਂ ਆਉਂਦੀ, ਲੇਕਿਨ ਜਿਹੜਾ ਮੁਕੀਮ ਹੈ ਉਹ ਕਰੇਗਾ। ਹਾਂ, ਅਗਰ ਇਤਨਾ ਇਜ਼ਾਫੀ ਉਹਦੇ ਕੋਲੋਂ ਕੋਈ ਨਹੀਂ ਮਾਲ, ਤਾਂ ਉਧਾਰ ਚਾਹ ਕੇ ਅਤੇ ਕਰਜ਼ੇ ਚਾਹ ਤੇ ਕਰਨ ਦੀ ਜ਼ਰੂਰਤ, ਆਪਣੇ ਉੱਤੇ ਭਾਰ ਅਤੇ ਬੋਝ ਨਹੀਂ ਲੱਦਣਾ। ਹਾਂ, ਅਗਰ ਤੂੰ ਸਾਹਿਬ ਇਸਤੇਤਾਤ ਹੈ ਤਾਂ ਫਿਰ ਕਰ, ਫਿਰ ਹੇਕ ਨਹੀਂ ਭਾਵੇਂ ਸਾਲਿਮ ਫੰਡਰ ਕੱਲਾ ਚਾ ਕਰ, ਬਸ ਜਿਤਨਾ ਹੈ ਬਸ ਉਤਨਾ ਹੀ, ਜਿਤਨਾ ਗੁੜ ਅਤੇ ਉਤਨਾ ਮਿੱਠਾ। ਹਾਂਜੀ, ਇੰਨਾ ਅਤੀਨਾ ਕਲ ਕੌਸਰ, ਫਸਲ ਰੱਬੇ ਕਾ ਵਨਹਰ, ਇੰਨਾ ਸ਼ਾਨ ਅਬਤਰ। ਮੇਰੇ ਪਾਕ ਪੈਗੰਬਰ, ਮੇਰੇ ਅੱਗੇ ਕੁਰਬਾਨੀਆਂ ਅਤੇ ਇਬਾਦਤਾਂ ਦੇ ਅੰਦਰ ਕਮੀ ਨਹੀਂ ਆਵਣ ਦੇਵਣੀ, ਅਤੇ ਤੇਰੇ ਦੁਸ਼ਮਣ ਨੂੰ ਰਗੜਨ ਦੇ ਅੰਦਰ ਮੈਂ ਕਮੀ ਨਹੀਂ ਆਵਣ ਦੇਵਣੀ। ਦੁਸ਼ਮਣ ਜਾਣੇ ਅਤੇ ਮੈਂ ਜਾਣਾ, ਜਿਹੜੇ ਵੇਲੇ ਮੇਰੇ ਨਾਲ ਤੇਰੀ ਯਾਰੀਆਂ ਦੇ ਧਾਗੇ ਪੱਕੇ ਹੋ ਵੰਜਣੇ, ਮੈਂ ਤੇਰਾ ਅਤੇ ਤੂੰ ਮੇਰਾ, ਤੇਰੀ ਅਰਸ਼ ਹੈ ਮੇਰੇ ਨਾਂ 'ਤੇ ਹੋ ਗਈ। ਵੱਲ ਮੇਰੇ ਪਾਕ ਪੈਗੰਬਰ, ਜਿਹੜਾ ਤੁਹਾਡੇ ਵਾਲੇ ਪਾਸੇ ਡਿੰਗੀਆਂ ਨਜ਼ਰਾਂ ਵੇਖ ਰੱਖਣ ਵਾਲਾ ਹੈ, ਇਨਾ ਕਫੀਨਾ ਕਲ ਮੁਸਤਹਜ਼ੀਨ। ਜਿਹੜੇ ਮਜ਼ਾਕ ਬਣਾਉਣ ਵਾਲੇ, ਜਿਹੜੇ ਪੱਥਰ ਮਾਰਨ ਵਾਲੇ, ਜਿਹੜੇ ਬਦਨਾਮੀਆਂ ਲਾਉਣ ਵਾਲੇ, ਜਿਹੜੇ ਇਲਜ਼ਾਮ ਲਾਉਣ ਵਾਲੇ, ਜਿਹੜੇ ਉੱਤੋਂ ਉੱਤੋਂ ਕਲਮੇ ਪੜ੍ਹ ਕੇ ਵਿੱਚੋਂ ਮੁਨਾਫਕਤਾਂ ਕਰਕੇ ਧੋਖੇ ਦੇਵਣ ਵਾਲੇ, ਇੰਨਾ ਕਫੀਨਾ ਕਲ ਮੁਸਤਹਜ਼ੀਨ। ਵੱਲ ਮੈਂ ਜਾਣਾ ਅਤੇ ਉਹ ਜਾਣ, ਵੱਲ ਤੁਹਾਨੂੰ ਇਹਨਾਂ ਦੀ ਪਰਵਾਹ ਰੱਖਣ ਦੀ ਲੋੜ ਨਹੀਂ। ਵਜ਼ਰਨੀ ਵੱਲ ਮੁਕਰੇ ਬੀਨਾ ਉਲਿਲ ਨਅਮਤਿ ਵਮਯਿਲ ਹੁਮ ਕਲੀਲਾ। ਵੱਲ ਮੇਰੇ ਹਵਾਲੇ ਕਰ ਦੇਣਾ ਮੇਰੇ ਪਾਕ ਪੈਗੰਬਰ, ਤੁਹਾਡੇ ਜ਼ਿੰਮੇ ਇਤਨਾ ਹੈ, ਆਪਣੀ ਜਾਨ ਵੀ ਅਤੇ ਆਪਣਾ ਮਾਲ ਵੀ ਮੇਰੇ ਹਵਾਲੇ ਕਰ। ਜਿਹੜੇ ਵੇਲੇ ਅੱਲਾ ਦੇ ਨਾਂ 'ਤੇ ਦੇਵਣ ਦਾ ਟਾਈਮ ਆਵੇ, ਉਸ ਵੇਲੇ ਫਤਵੇ ਨਾ ਪੁੱਛੇ ਕਰੋ। ਫਤਵੇ ਹਰ ਸਾਲ ਲੋਕ ਮਸਲੇ ਪੁੱਛਦੇ ਨੇ, ਫੋਨਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ, ਮੈਸੇਜ ਦੇ ਜ਼ਰੀਏ,
ਉਸਾ ਜੀ ਦੱਸਿਆ ਹੈ ਜੀ ਵਤ ਕੁਰਬਾਨੀ ਵਤ ਕਿਹੜਾ ਜਾਨਵਰ ਨਹੀਂ ਲੱਗਦਾ ਅਤੇ ਕਿਹੜਾ ਲੱਗਦਾ ਹੈ। ਹਾਲਾਂਕਿ ਸਿਰਫ ਇਹ ਜਾਨ ਛੁਡਾਉਣ ਦੇ ਬਹਾਨੇ ਆਉਂਦੇ ਨੇ। ਹਰ ਸਾਲ ਪਤਾ ਹੈ ਕਿ ਕਿਹੜਾ ਲੱਗਦਾ ਹੈ, ਆਪਣੇ ਦਿਲ ਕੋਲ ਪੁੱਛ ਕਿਹੜਾ ਲੱਗਦਾ ਅਤੇ ਕਿਹੜਾ ਨਹੀਂ ਲੱਗਦਾ। ਤੈਨੂੰ ਕਿਸੇ ਕੋਲ ਫਤਵਾ ਲੈਣ ਦੀ ਲੋੜ ਹੀ ਕੋਈ ਨਾ ਰੱਖਦਾ। ਤੇਰਾ ਦਿਲ ਕਿੱਥੇ ਰੱਜਦਾ ਹੈ ਅਤੇ ਰਾਜ਼ੀ ਹੁੰਦਾ ਹੈ। ਅੱਲਾ ਦੇ ਰਸੂਲ ਸੱਲਾ ਅੱਲਾ ਵਸੱਲਮ ਫਰਮਾਇਆ, ਅੰਨਾ ਹੋਵੇ, ਕਾਣਾ ਹੋਵੇ, ਲੂਲਾ ਹੋਵੇ, ਲੰਗੜਾ ਹੋਵੇ, ਇਤਨਾ ਕਮਜ਼ੋਰ ਹੋਵੇ ਕਿ ਚੱਲ ਫਿਰ ਨਾ ਸਕਦਾ ਹੋਵੇ, ਬਿਮਾਰ ਹੋਵੇ, ਉਹਦੀ ਹੱਡੀਆਂ 'ਚ ਗੁੱਦਾ ਹੀ ਕੋਈ ਨਾ ਹੋਵੇ, ਐਸਾ ਜਾਨਵਰ ਕੁਰਬਾਨੀ 'ਤੇ ਬਿਲਕੁਲ ਨਹੀਂ ਲੱਗਦਾ। ਖੱਸੀ ਜਾਨਵਰ ਲੱਗ ਪੈਂਦਾ। ਲੇਕਿਨ ਜਿਹੜਾ ਜਾਨਵਰ ਪੈਦਾਇਸ਼ੀ ਤੌਰ 'ਤੇ ਜਿਹਦੇ ਖੁਸ਼ੀਏ ਹੇਮ ਨਹੀਂ ਕਹੀ ਨਾ, ਪੈਦਾਇਸ਼ੀ ਤੌਰ 'ਤੇ ਜਾਂ ਇੱਕ ਮਾਰੇ ਹੋਇਆ ਤਾਂ ਇੱਕ, ਉਹ ਬਿਲਕੁਲ ਨਹੀਂ ਲੱਗਦਾ। ਲੇਕਿਨ ਜਿਹੜਾ ਪੈਦਾਇਸ਼ੀ ਤੌਰ 'ਤੇ ਠੀਕ ਹੈ, ਮਾਲਕ ਨੇ ਉਹਨੂੰ ਖੱਸੀ ਕਰਾਇਆ, ਉਹ ਲੱਗਦਾ, ਉਹ ਜਿਹੜੇ ਜਿਹੜਾ ਜਮਾਂਦਰੂ ਐਬ ਵਾਲਾ ਹੈ ਅਤੇ ਉਹਦੇ ਖੁਸ਼ੀਏ ਕਈ ਨਹੀਂ, ਉਹ ਨਹੀਂ ਲੱਗਦਾ। ਅਤੇ ਜਿਹੜੀ ਗਾਂ ਜਾਂ ਜਿਹੜੀ ਮੱਝ, ਚਾਰ ਥਣ ਹੁੰਦੇ ਨਾ, ਦੋ ਥਣ ਮਾਰੇ ਹੋਏ ਹੋਵੇ ਜਾਂ ਕੱਟੇ ਹੋਏ ਹੋਵੇ, ਉਹ ਵੀ ਨਹੀਂ ਲੱਗਦੀ। ਬੱਕਰੀ ਹੋਵੇ ਅਤੇ ਇੱਕ ਥਣ ਮਾਰੇ ਹੋਏ ਹੋਵੇ ਜਾਂ ਕੱਟੇ ਹੋਏ ਹੋਵੇ, ਉਹ ਵੀ ਨਹੀਂ ਲੱਗਦੀ। ਤਿਹਾਈ ਹਿੱਸੇ ਨਾਲੋਂ ਜ਼ਿਆਦਾ ਕੰਨ ਕੱਟੇ ਹੋਏ ਹੋਵੇ ਜਾਂ ਸਿੰਘ ਕੱਟੇ ਹੋਏ ਹੋਵੇ, ਉਹ ਵੀ ਨਹੀਂ ਲੱਗਦੀ। ਅਤੇ ਜੇ ਦੋ ਬੰਦ ਮਸਲਨ ਸੱਤ ਹਿੰਨ ਹਿੱਸੇ ਕੁਰਬਾਨੀ ਦੇ, ਛੇ ਦੀ ਨੀਅਤ ਆਈ ਕੁਰਬਾਨੀ ਦੀ ਅਤੇ ਸੱਤਵੇਂ ਆਖਿਆ ਚਲੋ ਦੂਏ ਜੋ ਗੋਸ਼ਤ ਖਾ ਸਨ ਤਾਂ ਸਾਡੇ ਬਾਲ ਹੀ ਖਾ ਬਾਸਨ, ਕੁਰਬਾਨੀ ਦੀ ਨੀਅਤ ਨਾ ਆਈ, ਗੋਸ਼ਤ ਦੀ ਨੀਅਤ ਆਈ। ਅਗਰ ਇਹੋ ਜਿਹਾ ਰਲ ਗਿਆ ਸੱਤਾਂ ਦੀ ਗਾਇ ਨਹੀਂ ਆਉਣੀ, ਕਿਸੇ ਦੀ ਗਾਇ ਨਹੀਂ ਆਉਣੀ। ਇਸ ਵਾਸਤੇ ਜਿਹੜਾ ਹਿੱਸਾ ਰਲਾਓ ਉਹਦੇ ਕੋਲ ਉਹਦੀ ਨੀਅਤ ਪੁੱਛੋ, ਇਹ ਹਿੱਸਾ ਕੁਰਬਾਨੀ ਵਾਸਤੇ ਪਿਆ ਰਲਾਉਣਾ। ਹਾਂ, ਅਕੀਕੇ ਵਾਲਾ ਵਿੱਚ ਹਿੱਸਾ ਰਲਾ ਸਕਦਾ, ਕੁਰਬਾਨੀ ਕਰਨ ਵਾਲਿਆਂ ਦੇ ਨਾਲ ਅਕੀਕੇ ਵਾਲਾ ਹਿੱਸਾ ਆਪਣਾ ਰਲਾ ਸਕਦਾ। ਉਹ ਸਮਝ ਆਉਂਦੀ ਪਈ ਹੈ ਕਿ ਨਹੀਂ? ਅਤੇ ਗੋਸ਼ਤ ਖਾਵਣ ਦੀ ਨੀਅਤ ਨਾਲ ਅਗਰ ਕੋਈ ਰਲ ਗਿਆ, ਕਿਸੇ ਦੀ ਕੁਰਬਾਨੀ ਨਾ ਸੀ। ਇਸ ਵਾਸਤੇ ਉਹਨਾਂ ਦੇ ਕੋਲ ਪੁੱਛ ਲਿਆ ਕਰੋ ਬਈ ਕਿਸ ਨੀਅਤ ਨਾਲ ਪਿਆ ਕਰਨਾ। ਅਗਰ ਕੋਈ ਮੁਸ਼ਰਕ ਰਲ ਗਿਆ, ਕਾਫਿਰ ਰਲ ਗਿਆ, ਬਿਦਤੀ ਰਲ ਗਿਆ, ਕਿਸੇ ਦੀ ਕੁਰਬਾਨੀ ਕਾਈ ਨਾ ਸੀ। ਇਸ ਵਾਸਤੇ ਕੁਰਬਾਨੀ ਵਾਸਤੇ ਵੀ ਜ਼ਰਾ ਧਿਆਨ ਰੱਖਿਆ ਕਰੋ। ਅਗਰ ਮਸਲਨ ਸੱਤ ਬੰਦੇ ਹਨ ਹਿੱਸੇਦਾਰ, ਸੱਤਵਾਂ ਮਰ ਗਿਆ ਕੁਰਬਾਨੀ ਤੋਂ ਪਹਿਲੇ, ਉਹਦੇ ਵਾਰਸਾਂ ਕੋਲੋਂ ਪੁੱਛੇ ਬਗੈਰ ਤੁਸੀਂ ਉਹ ਜਾਨਵਰ ਜ਼ਬਾ ਕਰ ਦਿੱਤਾ, ਕਿਸੇ ਦੀ ਕੁਰਬਾਨੀ ਨਾ ਸੀ। ਉਹਦੇ ਵਾਰਸਾਂ ਕੋਲੋਂ ਇਜਾਜ਼ਤ ਲਓ ਕਿ ਇਹ ਹਾਈ ਤਾਂ ਤੁਹਾਡੇ ਪਿਓ ਨੇ ਕੀਤੀ ਹੋਈ, ਹੁਣ ਉਸ ਮਾਲ ਦੇ ਵਾਰਿਸ ਹੋ ਗਏ ਹੋ ਤੁਸੀਂ, ਪਿਓ ਤਾਂ ਗਿਆ ਮਰ, ਤੁਹਾਡੀ ਤਰਫੋਂ ਇਜਾਜ਼ਤ ਹੈ ਕੁਰਬਾਨੀ ਕਰਨ ਦੀ। ਅਗਰ ਉਹ ਇਜਾਜ਼ਤ ਵਾਰਿਸ ਦੇਵਨ ਮਤ ਹੋ ਸੀ, ਅਗਰ ਉਹਨਾਂ ਦੇ ਕੋਲੋਂ ਪੁੱਛੇ ਬਗੈਰ ਜਾਨਵਰ ਜ਼ਬਾ ਚ ਕੀਤਾ, ਕਹੇ ਇੱਕ ਦੀ ਵੀ ਕਾਈ ਨਾ ਸੀ। ਸਮਝ ਆਉਂਦੀ ਪਈ ਕਿ ਨਹੀਂ ਆਉਂਦੀ ਪਈ? ਅਗਰ ਦੋ ਬੰਦੇ ਰਲ ਕੇ ਪੈ ਜ਼ਬਾ ਕਰ ਦੇਣ, ਦੋ ਬੰਦੇ ਰਲ ਕੇ ਇੱਕ ਜਾਨਵਰ ਨੂੰ ਜ਼ਬਾ ਕਰ ਰਹੇ ਨੇ, ਤਾਂ ਦੋਵਾਂ ਵਾਸਤੇ ਜ਼ਰੂਰੀ ਹੈ ਤਕਬੀਰ ਪੜ੍ਹਨਾ। ਅਗਰ ਇੱਕ ਪੜ੍ਹ ਸੀ ਅਤੇ ਦੂਆ ਨਾ ਪੜ੍ਹ ਸੀ, ਜਾਨਵਰ ਹਲਾਲ ਕੋਈ ਨਾ ਸੀ। ਅਗਰ ਦੋ ਬੰਦੇ ਬਾਜ਼ੇ ਹੁੰਦੇ ਨਾ, ਇੱਕ ਬੰਦਾ ਛੁਰੀ ਫਿਰੇਂਦਾ ਅਤੇ ਦੂਏ ਨਾਲ, ਯਾਰ ਤੂੰ ਵੇਖ ਚੱਕੋ ਰੰਗ ਛੰਗ ਤੂੰ ਵੀ ਠੀਕ ਚੱਕਰ ਬਰਾਬਰ ਚੱਕਰ, ਜਿਹੜਾ ਦੂਆ ਛੁਰੀ ਫਿਰੇ ਸੀ ਉਹਦੇ ਵਾਸਤੇ ਤਕਬੀਰ ਪੜ੍ਹਨਾ ਲਾਜ਼ਮ ਸੀ। ਅਗਰ ਨਾ ਪੜ੍ਹ ਸੀ, ਜਾਨਵਰ ਹਲਾਲ ਨਾ ਸੀ। ਜਿਹੜੇ ਲੱਤਾਂ ਫੱਤੀ ਬੈਠੇ ਹੁੰਦੇ ਨੇ, ਉਹਨਾਂ ਦੇ ਵਾਸਤੇ ਜ਼ਰੂਰੀ ਨਹੀਂ ਤਕਬੀਰ ਪੜ੍ਹਨਾ, ਲੱਤਾਂ ਫੱਦਣ ਵਾਲੇ, ਗਿੱਚੀ ਛਿੱਚੀ ਫੱਦਣ ਵਾਲੇ ਨਹੀਂ, ਮੈਂ ਛੁਰੀ ਚਲਾਉਣ ਵਾਲੇ ਦੀ ਗੱਲ ਪਿਆ ਕਰਨਾ। ਜੇ ਛੁਰੀ ਚਲਾਉਣ ਵਾਲੇ ਦੋ ਹੋਵੇ, ਤ੍ਰੈ ਹੋਵੇ, ਜਿਤਣੇ ਹੀ ਹੋਸਨ, ਸਭ ਵਾਸਤੇ ਤਕਬੀਰ ਪੜ੍ਹਨਾ ਵਾਜਿਬ ਸੀ, ਲਾਜ਼ਮ ਸੀ, ਵਰਨਾ ਜਾਨਵਰ ਨਹੀਂ ਹਲਾਲ ਹੋਣਾ। ਜਿਸ ਵੇਲੇ ਚੰਨ ਨਜ਼ਰ ਆ ਜਾਏ ਕੁਰਬਾਨੀ ਦਾ, ਬਿਹਤਰ ਇਹ ਹੈ ਕਿ ਹਜਾਮਤ ਕਰਾਵਣੀ ਛੱਡ ਦਿਓ। ਹਜਾਮਤ ਕਰਾਵਣੀ, ਮੁੱਛਾਂ ਦਾੜੀ ਨੂੰ ਤਾਂ ਅੱਗੇ ਪਿੱਛੇ ਹੀ ਮਾਫ਼ ਕੀਤਾ ਕਰੋ। ਕਈ ਤਾਂ ਸੱਜੀ ਰੰਬੀ ਫਿਰਾ ਕੇ ਆਉਂਦੇ ਨੇ ਈਦ ਵਾਲੇ ਦਿਨ, ਸ਼ਰਮ ਕੀਤਾ ਕਰੋ। ਅਤੇ ਨਾ ਹੋਈ ਨਹੀਂ ਕਟਾਵਣੇ, ਨਾਖਨ ਵੀ ਨਹੀਂ ਕਟਾਵਣੇ। ਜਿਵੇਂ ਹਾਜੀ ਨੂੰ ਇਹਰਾਮ ਦੀ ਹਾਲਤ 'ਚ ਕੁਰਬਾਨੀ ਤੋਂ ਪਹਿਲੇ ਨਹੀਂ ਨਾ ਇਜਾਜ਼ਤ, ਉਸੇ ਦੀ ਰੀਸ ਵਾਸਤੇ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ, ਬਾਕੀ ਦੇ ਲੋਕ ਹੀ ਅਗਰ ਇੰਜ ਰਾਸਨ, ਉਹਨਾਂ ਨੂੰ ਸਵਾਬ ਮਿਲਦੀ। ਵਾਲ ਸਿਰ ਦੇ ਹੋਵੇ, ਮੈਂ ਨਾ ਭਾਵੇਂ ਸਿਹਰੇ ਨਾ ਹੋਵੇ, ਉਹ ਵੀ ਨਹੀਂ ਕੱਟਣੇ। ਇਹ ਚੰਨ ਨਜ਼ਰ ਆਉਣ ਤੋਂ ਬਾਅਦ ਦੀ ਗੱਲ ਹੈ। ਜਿਸ ਵੇਲੇ ਕੁਰਬਾਨੀ ਕਰ ਲਵੇ ਉਸ ਵੇਲੇ ਠੀਕ। ਅੱਲਾਹੁ ਅਕਬਰ।
ਹੋਰ ਕੋਈ ਮਸਲਾ ਰਹਿ ਗਿਆ ਹੋਵੇ ਤਾਂ ਉਹੀ ਮੇਰੇ ਕੋਲ ਪੁੱਛ ਲਵਿਆ। ਚਾਰ ਰੱਗਾਂ ਆਉਂਦੀਆਂ, ਚਾਰ ਰੱਗਾਂ ਜਿਹੜੀਆਂ ਜ਼ਰੂਰੀ ਹਨ ਕਟਾ ਕਰਨੀਆਂ ਜ਼ਬਾ ਕਰਨ ਲਈ, ਇੱਕ ਹੁਲਕੂਮ, ਇੱਕ ਮਿਰਰੀ। ਇੱਕ ਹੁਲਕੂਮ ਹੁੰਦਾ ਖਾਣੇ ਵਾਸਤੇ, ਮਿਰਰੀ ਜਿਹਦੇ 'ਚ ਹਵਾ ਵਗੈਰਾ ਸਾਹ ਲੈਂਦਾ। ਇਹਦੇ ਅਗਲ ਬਗਲ 'ਚ ਇਹ ਦੋ ਰੱਗਾਂ ਆਉਂਦੀਆਂ ਜਿਹਨਾਂ ਨੂੰ ਵਦਜੈਨ ਅਖੀਂਦਾ, ਵਦਜੈਨ। ਇਹ ਚਾਰ ਕੱਟਣੀਆਂ ਜ਼ਰੂਰੀ ਹੁੰਦੀਆਂ, ਇਹ ਚਾਰ ਰੱਗਾਂ ਕੱਟਣੀਆਂ ਜ਼ਰੂਰੀ ਹਨ। ਇੱਕ ਬੰਦੇ ਜ਼ਬਾ ਕਰਨ ਵੇਲੇ ਤ੍ਰੈ ਰੱਗਾਂ ਕੱਟੀਆਂ ਅਤੇ ਚੌਥੀ ਰਹਿ ਗਈ, ਜਾਨਵਰ ਹਲਾਲ ਹੋ ਵੈਂਦਾ। ਇੱਕ ਰਹਿ ਹੀ ਵਈਆਂ ਨਾ ਰੱਗ, ਤਾਂ ਵੀ ਜਾਨਵਰ ਹਲਾਲ ਹੋ ਵੈਂਦਾ, ਅਤੇ ਜੇ ਦੋ ਰਹਿ ਗਈਆਂ ਤਾਂ ਵੱਧ ਹਰਾਮ ਹੋਵੇ ਸੀ। ਚਾਰ ਕੱਟੋ, ਇਹ ਅਸਲ ਮਸਲਾ ਹੈ। ਲੇਕਿਨ ਅਗਰ ਕੋਈ ਮਤਲਬ ਕਰਿੰਦਾ ਹੈ ਤਾਂ ਉਸਨੂੰ ਸਾਈਡ ਵਾਲੀ ਕੋਈ ਇੱਕ ਅੱਧ ਰੱਗ ਰਹਿ ਗਈ ਹੈ, ਤਾਂ ਬਹਰਲ ਤ੍ਰੈ ਅਗਰ ਕੱਟੀਆਂ ਗਈਆਂ ਨੇ ਮੁਕੰਮਲ, ਹੁਲਕੂਮ, ਮਿਰਰੀ ਔਰ ਵਦਜੈ, ਚਾਰ ਤ੍ਰੈ ਅਗਰ ਕੱਟੀਆਂ ਫਿਰ ਵੀ ਹਲਾਲ ਹੋ ਜਾਂਦਾ। ਤੂੰ ਕਿ ਪਿਆ ਨਾ ਗੱਠ ਸਿਰ ਦੇ ਰਾਣੀ ਚਾਹੀਦੀ ਨਾ, ਗੱਠ ਜਿਹਨੂੰ ਉਖਦਾ ਆਖੀਂਦਾ, ਉਖਦਾ ਨਰਕੁੱਟ ਜਾਈਏ ਵੱਧੀ ਹੋਈ ਅੱਗਾਂ ਗੱਠ ਉਖਦਾ, ਇਹ ਦੜ ਦੇ ਰੋਵੇ ਤਾਂ ਜਾਨਵਰ ਹਰਾਮ ਹੁੰਦਾ। ਛੁਰੀ ਵਿੱਚ ਨਹੀਂ ਮਾਰਨੀ ਚਾਹੀਦੀ, ਇਹਦੇ ਨਾਲ ਇੱਕ ਤਾਂ ਗੋਸ਼ਤ ਬੇਲਜ਼ਤਾ ਹੋ ਜਾਂਦਾ, ਦੂਆ ਜਾਨਵਰ ਨੂੰ ਅਜ਼ੀਅਤ ਦਿੱਤੀ ਪੈਂਦੀ। ਪਤਾ ਨਹੀਂ ਕਿਹੜਾ ਬੇਵਕੂਫ ਕਸਾਈ ਜਾਂ ਇਹ ਰਿਵਾਜ ਕੱਢਿਆ, ਇਹ ਛੁਰੀ ਵਿੱਚ ਨਾ ਮਾਰੀ ਕਰੋ। ਤੁਹਾਡਾ ਕੰਮ ਹੈ ਚਾਰ ਦੀਆਂ ਚਾਰ ਰੱਗਾਂ ਕੱਟਣੀਆਂ, ਹੁਣ ਤੜਪਣ ਫੜਕਣ ਦਿਓ। ਜਿਤਨਾ ਜ਼ਿਆਦਾ ਟਪ ਸੀ ਅਤੇ ਤੜਪ ਸੀ, ਉਤਨਾ ਜ਼ਿਆਦਾ ਗੋਸ਼ਤ ਹੌਲਾ ਹੋ ਸੀ, ਖਾਵਣ ਦੇ ਕਾਬਿਲ ਹੋ ਸੀ। ਉਹਨੂੰ ਉੱਕਾ ਜੱਕ ਮਾਰ ਕੇ ਨਾ ਬਹਿ ਗਿਆ ਕਰੋ, ਉਹਨੂੰ ਫੜਕਣ ਦਿਓ। ਜਿਹੜੇ ਲੈ ਉਹਦੀ ਆਪੇ ਜਾਨ ਨਿਕਲੇ, ਜਿਤਨਾ ਫੜਕ ਸੀ ਉਤਨੀਆਂ ਰੱਗਾਂ ਵਿੱਚੋਂ ਖੂਨ ਬਾਹਰ ਨਿਕਲ ਸੀ, ਔਰ ਉਤਨਾ ਫਾਇਦਾ ਹੈ। ਉੱਕਾ ਕਾਬੂ ਹੋ ਕੇ ਬੈਠੇ ਰਹਿੰਦੇ ਹੋ, ਉਹਨੂੰ ਛੋੜ ਦਿੱਤਾ ਕਰੋ। ਅਤੇ ਵਿੱਚ ਹੁਲਕੂਮ ਵਿੱਚ ਇਹ ਜਿਹੜੀ ਸਿੱਧੀ ਛੁਰੀ ਮਾਰੀ ਪੈਂਦੀ, ਜ਼ੁਲਮ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਤੁਹਾਡਾ ਕੰਮ ਸਿਰਫ ਚਾਰ ਰੱਗਾਂ ਕੱਟਣੀਆਂ, ਅੱਲਾ ਅੱਲਾ ਖੈਰ ਸੱਲਾ। ਬਾਜ਼ਿਆਂ ਦਾ ਹੱਥ ਹੌਲਾ ਹੁੰਦਾ, ਕਾਫੀ ਦੇਰ ਤੱਕ ਬਾਜ਼ੇ ਡੱਗੇ ਉੱਠੀ ਕੇ ਮਲ ਪਾਉਂਦੇ ਨੇ। ਮੇਰਾ ਆਪਣਾ ਹੱਥ ਬੜਾ ਹੌਲਾ ਹੈ, ਮੈਂ ਇੱਕ ਵਾਰੀ ਮੁਰਗੀ ਜ਼ਬਾ ਕੀਤੀ, ਉਹ ਠੀਕ ਬੱਜ ਪਈ, ਮੈਂ ਇਹ ਠੀਕ ਰਹੀਏ। ਹੱਥ ਹੌਲਾ ਹੁੰਦਾ ਕੋਈ ਦੇਰ, ਉਹ ਹੱਥ ਹੌਲਾ ਅੱਛਾ ਹੁੰਦਾ, ਉਹਦੇ ਨਾਲ ਜਾਨਵਰ ਦੇ ਉੱਤੇ ਉਹਦੀ ਰੂਹ 'ਤੇ ਇਤਨਾ ਭਾਰ ਨਹੀਂ ਪਾਉਂਦਾ ਕਿ ਉਹ ਉਹਦਾ ਲੱਤ ਹੀ ਨਾ ਛਿੱਕ ਸਕੇ। ਉਹ ਜਿਤਨਾ ਹਲ ਸੀ ਉਤਨਾ ਫਾਇਦਾ ਹੈ, ਉਹਨੂੰ ਫੜਕਣ ਟੱਪਣ ਦਿਓ ਉਹਦੇ ਕੋਲ। ਹਾਂ, ਅਗਰ ਛੁਰੀ ਇਤਨੀ ਤੇਜ਼ ਹੈ ਕਿ ਤੁਸੀਂ ਬਿਸਮਿਲਲਾ ਹੈ ਵੱਲਾ ਹੋ ਅਕਬਰ ਬਿਸਮਿਲਲਾ ਹੈ ਵੱਲ, ਇੰਜਨ ਫਿਰੀਂਦੀ ਹੈ ਛੁਰੀ, ਇੱਥਾਂ ਹੀ ਨਹੀਂ ਰਗੜੀ ਰੱਖੀਂਦੀ, ਇਹਦੇ ਲਈ ਰੱਗ ਹੀ ਕੱਟੀਂਦੀ ਹੈ, ਇਹ ਇੰਜਨ ਛੁਰੀ ਫਿਰੀਂਦੀ ਹੈ। ਹਿੱਕੇ ਥਾਰੇ, ਅੱਛਾ ਕੋਈ ਹਿੱਕੇ ਥਾਰੇ ਰਗੜੀ ਰੱਖੀ, ਉਸ ਰਗੜੀ ਰੱਖੀ ਤਾਂ ਕੰਨੀ ਲਾ ਸੱਟੀ, ਗਰਦਨ ਲੈ ਵੰਜੇ ਵਾਤੀ। ਜਾਨਵਰ ਹਲਾਲ ਹੁੰਦਾ, ਹਰਾਮ ਨਹੀਂ ਹੁੰਦਾ। ਬਾਦ ਜਿਹੜੇ ਨਾ 15 ਸਦੀ ਦੇ ਮੁਫਤੀ, ਉਹ ਜੀ ਵੇਖੋ ਜੀ ਤਾਂ ਕੰਨੀ ਲੈ ਗਈ, ਤਾਂ ਬਸ ਲਾਣੀ ਤਾਂ ਕੰਨੀ ਆਈ ਹੈ, ਲਾਈ ਗਈ ਤਾਂ ਕੀ ਹੋ ਗਿਆ। ਅਗਰ ਇਤਨੀ ਤੇਜ਼ ਛੁਰੀ ਆਈ ਔਰ ਉਹਦਾ ਹੱਥ ਬਾਹਰ ਆਈ, ਬਾਜ਼ੇ ਹੱਥ ਬਾਹਰੇ ਹੁੰਦੇ, ਕਿ ਉਸ ਜੇ ਫੇਰੀਏ ਤਾਂ ਉਹ ਅਲੱਗ ਬਾਹਰਾਂ, ਇਹਦੇ ਨਾਲ ਜਾਨਵਰ ਹਰਾਮ ਨਹੀਂ ਹੁੰਦਾ। ਲੇਕਿਨ ਇਹ ਤਰੀਕਾ ਕੋਈ ਠੀਕ ਨਹੀਂ, ਇਤਨਾ ਹੀ ਕਾਵੜ ਨਹੀਂ ਕੱਢਣੀ ਚਾਹੀਦੀ, ਆਰਾਮ ਨਾਲ ਜ਼ਬਾ ਕਰੋ ਤਾਂ ਕਿ ਉਹਦੀ ਉੱਕਾ ਹੀ ਗਰਦਨ ਨਾ ਲੈ ਜਾਏ। ਮੀਨੇ ਮੁਰਗੀ ਜ਼ਬਾ ਕਰਨ ਦੇ ਲੈ, ਮੁਰਗੀ ਦੀ ਕੰਨੀ ਲੈ ਗਈ, ਪਰ ਜਾਨਵਰ ਹਰਾਮ ਨਹੀਂ ਹੁੰਦਾ ਗਰਦਨ ਲੈ ਵੰਜਣ ਨਾਲ। ਲੇਕਿਨ ਹਾਂ, ਇੱਕ ਬੰਦੇ ਨੇ ਝਟਕਾ ਮਾਰਿਆ, ਝਟਕਾ ਸਮਝਦੇ ਹੋ, ਇੱਕ ਤਾਂ ਹੈ ਨਾ ਛੁਰੀ ਫੇਰਨੀ, ਇਹ ਜ਼ਬਾ ਕਰ, ਇੱਕ ਜਿਵੇਂ ਮਸ਼ੀਨ ਟੋਕੇ ਤਲੇ ਕਾਸ਼ਾ 'ਚ ਰੱਖੀ ਦੀ, ਅਗਰ ਝਟਕੇ ਨਾਲ ਉਹਦੀ ਗਰਦਨ ਲੈ ਗਈ ਤਾਂ ਹਰਾਮ ਹੋ ਗਏ। ਝਟਕਾ ਇਸਲਾਮ ਵਿੱਚ ਕੋਈ ਨਹੀਂ, ਸਮਝਦੇ ਪਏ ਹੋ ਗੱਲ, ਇਹ ਗੈਰ ਇਸਲਾਮੀ ਤਰੀਕਾ, ਇਸਲਾਮ ਵਿੱਚ ਝਟਕਾ ਕੋਈ ਨਹੀਂ। ਇਸ ਵਾਸਤੇ ਝਟਕੇ ਨਾਲ ਅਗਰ ਯਕਦਮ ਝਟਕੇ ਨਾਲ ਗਰਦਨ, ਉਹ ਤਾਂ ਵੱਧ ਹਰਾਮ ਹੋ ਗਿਆ। ਹਾਂ, ਜ਼ਬਾ ਕਰੇਂਦੇ ਆ ਰਗੜੇਂਦੇ ਆ, ਅਗਰ ਉਹ ਲੈ ਗਈਏ ਤਾਂ ਫਿਰ ਬਾਹਰ ਆ ਲਓ ਹਲਾਲ ਹੈ। ਵੱਧ ਮਸਲੇ ਪੁੱਛਦੇ ਹੋ ਜੀ, ਉਹ ਜਿਹੜੀ ਹਲਾਲ ਹੈ ਕਿ ਹਰਾਮ ਹੈ, ਕੁਰਬਾਨੀ ਵਾਲੇ ਦੀ ਹਰ ਸ਼ੈ ਹਲਾਲ, ਰਗੜੀ ਆਓ, ਕੋਈ ਸ਼ੈ ਹਰਾਮ ਕੋਈ ਨਹੀਂ। ਬਤੌਰ ਇਲਾਜ ਦੇ ਲੋਕ ਖੁਸ਼ੀ ਅਤੈਨ, ਜਿਹੜਾ ਬੱਚਾ ਚਿਸ਼ਰਾ ਹੋਵੇ ਤਾਂ ਜਲਦੀ ਨਾ ਬੋਲੇਂਦਾ ਪਿਆ ਹੋਵੇ, ਉਹ ਵੀ ਉਹਨਾਂ ਦਾ ਕੀਮਾ ਬਣਾ ਕੇ ਚੀਨੀ 'ਚ ਰਲਾ ਕੇ ਇਸ ਬੱਚੇ ਨੂੰ ਖਵਾਇਆ ਜਾਏ, ਉਹਦੀ ਜ਼ਬਾਨ ਬੜੀ ਤੇਜ਼ ਹੁੰਦੀ, ਜਲਦੀ ਬੋਲਣ ਲੱਗ ਪੈਂਦਾ। ਮਾਸਟਰ ਤਾਂ ਮੇਰੇ ਪੁੱਤਰ ਬੇਤਾ, ਤੇਰਾ ਕੋਈ ਛੋਟਾ ਹੈ ਜਾਂ, ਤੂੰ ਤਾਂ ਛੁੱਟੀ ਕੀਤੀ ਵਾ ਮੇਰੇ ਯਾਰ। ਛੋਟੇ ਬੱਚਿਆਂ ਵਾਸਤੇ ਬੜੀ ਫਾਇਦਾਮੰਦ ਸ਼ੈ ਹੁੰਦੀ ਉਹ, ਜਿਹੜੀ ਬਿਲਕੁਲ ਠੀਕ ਹੈ, ਜਿਹੜੀ ਸ਼ੈ ਹਲਾਲ ਹਲਾਲ ਜਾਨਵਰ ਦੀ।
ਜਿਸਲੇ ਖੁਰੜੀ ਤੁਸੀਂ ਪਕਾ ਤੇ ਖਾ ਵੇਂਦੇ ਹੋ, ਬਾਕੀ ਕਿਹੜੇ ਰਹਿ ਗਈ? ਖੁਰੇ ਖਾਂਦੇ ਹੋ ਕਿ ਨਹੀਂ? ਜਿਹਨੂੰ ਪਾਏ ਆਦੇ ਹੋ ਪਾਏ, ਤੁਸੀਂ ਤਾਂ ਉਹ ਹੀ ਨੇ ਛੁੜੇਂਦੇ, ਤੇ ਅੰਦਰ ਵਾਲੀ ਸ਼ੈ ਕੌਣ ਛੁੜੇਂਦਾ? ਬਹਰਹਾਲ ਇਤਨੀ ਕੋਸ਼ਿਸ਼ ਸਿਰਫ ਕਰ ਲਈ ਕਰੋ ਕਿ ਅਗਰ ਆਵਾਦ ਗਵਾਦ ਜੀ ਕਿਸੇ ਨਹੀਂ ਕੁਰਬਾਨੀ ਕੀਤੀ, ਮਿਹਰਬਾਨੀ ਕਰਕੇ ਕੋ ਪਲੇਟ ਉਹਨੂੰ ਵੀ ਦੇ ਛੋੜੀ ਕਰੋ। ਇਹ ਦੋ ਦੋ ਬੋਟੀਆਂ ਦੇਵਣ ਵਾਲਾ ਰਿਵਾਜ ਖਤਮ ਕਰੋ। ਇਤਨਾ ਇੱਕ ਦਿਓ ਕਿ ਅਗਲੇ ਦੀ ਕੋ ਕੁੰਨੀ ਬਣ ਵਜੇ, ਉਹ ਕੋ ਖਾ ਪੀ ਸਕੇ ਬਾਲ। ਕੁਰਬਾਨੀ ਦਾ ਮਕਸਦ ਸਾਰਾ, ਹਾਂ ਅਗਰ ਐਸੀ ਜਗ੍ਹਾ ਜਿੱਥੇ ਕੋਈ ਨਹੀਂ ਮੁਸਤਹਿਕ ਤਾਂ ਆਓ ਖਾਓ ਪੀਓ, ਲੇਕਿਨ ਜਿਹੜਾ ਕਸਾਈ ਹੈ ਤੁਹਾਨੂੰ ਬਣਾ ਕੇ ਦੇਵਣ ਵਾਲਾ, ਉਹਨੂੰ ਉਜਰਤ 'ਚ ਉਸੇ ਕੁਰਬਾਨੀ ਦਾ ਗੋਸ਼ਤ ਨਹੀਂ ਦੇਵਣਾ ਚਾਹੀਦਾ। ਉਹਦੀ ਖਲ ਔਰ ਚਮੜਾ ਵੇਚ ਕੇ ਪੈਸੇ ਆਪਣੀ ਜੇਬ ਵਿੱਚ ਨਹੀਂ ਪਾਉਣੇ ਚਾਹੀਦੇ। ਉਹ ਹੀ ਕਿਸੇ ਗਰੀਬ ਨੂੰ ਸਦਕਾ ਕਰ ਦਿਓ, ਕਿਸੇ ਮੁਸਤਹਿਕ ਨੂੰ ਦੇ ਦਿਓ, ਨਹੀਂ ਤਾਂ ਹੋਰ, ਨਹੀਂ ਤਾਂ ਕਿਸੇ ਇਮਾਮ ਮਸੀਦ ਨੂੰ ਦੇ ਦਿਓ। ਇੱਕ ਮਸਲਾ ਪੁੱਛਿਆ ਜੀ, ਅੱਜ ਕੱਲ੍ਹ ਤਾਂ ਇਮਾਮ ਮਸੀਦ ਹੀ ਬੜੇ ਹੁਸ਼ਿਆਰ ਹਨ। ਇੱਕ ਮਸਲਾ ਕਹਿ ਪੁੱਛਿਆ, ਜਿਹੜੇ ਇਬਰਾਹੀਮ ਅਲੈਹਿ ਸਲਾਮ ਵਾਲਾ ਇਸਮਾਈਲ ਅਲੈਹਿ ਸਲਾਮ ਦੀ ਯਾਦ 'ਤੇ ਜਿਹੜਾ ਦੁੰਬਾ ਆਇਆ, ਜਿਹਨੇ ਜੀ ਉਹਦੀ ਖਲ ਕੌਣ ਲੈ ਗਿਆ? ਮੈਂ ਕਿਹਾ ਮੌਲੀ ਪਰਵੇਜ਼ ਲੈ ਗਿਆ ਬਈ, ਖਲ ਤੈਨੂੰ ਖਲ ਦੀ ਪਈ ਹੋਈ ਹੈ। ਅਸਲ ਤਾਂ ਮਸਲਾ ਕੁਰਬਾਨੀ ਦਾ ਕਿ ਕੁਰਬਾਨੀ ਅੱਛੀ ਕਰ ਜਿਹੜੀ ਤੇਰੇ ਦਿਲ ਨੂੰ ਪਸੰਦ ਆਵੇ, ਆ ਤੇਰੀ ਅੱਖ ਵੇਖ ਕੇ ਠਰ ਵਜੇ ਸੁਭਾਨ ਅੱਲਾਹ ਮੈਂ ਅੱਲਾਹ ਦੇ ਨਾਂ 'ਤੇ ਕਰ ਰਿਹਾ, ਉਹ ਕੁਰਬਾਨੀ ਹੈ। ਅਤੇ ਜਿਹੜੀ ਹੈ ਨਾ ਫਤਵਿਆਂ ਵਾਲੀ, ਉਹ ਸਾਜੀ ਇਹੋ ਜਿਹਾ ਨਿਕਲਿਆ ਤਾਂ ਮੁੜ ਲੱਗ ਪਈ ਸੀ, ਇੱਥੋਂ ਮਲੂਮ ਆਉਂਦਾ ਬਈ ਤੂੰ ਸ਼ਾਇਦ ਚੰਗੀ ਨਹੀਂ ਲਈ। ਅਗਰ ਚੰਗੀ ਲਿਆ ਤਾਂ ਉਸਤਾਜੀ ਕੋਲ ਵੰਜ ਕੇ ਪੁੱਛਣ ਦੀ ਲੋੜ ਨਾ ਪਵੇ। ਆ ਤੇਰਾ ਦਿਲ ਆਪ ਆਖਿਆ ਤਾਂ ਬੜਾ ਸੋਹਣਾ ਬੱਕਰਾ ਹੈ, ਤਾਂ ਕਹਿ ਕੋਲ ਪੁੱਛਣ ਦੀ ਕਿਹੜੀ ਲੋੜ? ਬੱਕਰਾ ਹੋਵੇ ਸਾਲ ਦਾ ਲੱਗ ਪੈਂਦਾ, ਵੱਡਾ ਠੋਰ ਹੋਵੇ ਤਾਂ ਦੋਂਦਾ ਹੋਣਾ ਚਾਹੀਦਾ, ਔਰ ਅਗਰ ਦੁੰਬਾ ਜਾਂ ਫੇਡ ਹੋਵੇ ਤਾਂ 6 ਮਹੀਨੇ ਦੀ ਵੀ ਕਾਫੀ ਹੁੰਦੀ। ਇਹ 6 ਮਹੀਨੇ ਜੀ ਹੋ ਵੈਂਦੀਆਂ ਦੁੰਦੀਆਂ ਫੇਡਾਂ, ਦੁੰਬੇ ਹੋ ਵੈਂਦੇ, 6 ਮਹੀਨੇ ਦਾ ਵੀ ਕਾਫੀ ਹੁੰਦਾ। ਹਾਂ ਨਹੀਂ, ਜਿੱਥੇ ਕੋਈ ਮੁਸਤਹਿਕ ਨਾ ਹੋਵੇ ਲਵਣ ਵਾਲਾ, ਉੱਥੇ ਬੇਸ਼ੱਕ ਸਾਰਾ ਗੋਸ਼ਤ ਆਪ ਖਾਓ, ਲੇਕਿਨ ਹੱਥ ਛੋੜਵੋ, ਹੱਥ ਛੋੜ, ਹੱਥ ਛੋੜ। ਲੇਕਿਨ ਜਿੱਥੇ ਵੇਖੋ ਕਿ ਗਰੀਬ ਗੁਰਬਾ ਮੌਜੂਦ ਹਨ, ਉੱਥੇ ਫਰਿੱਜ ਭਰ ਕੇ ਰੱਖ ਦੇਵਣੇ, ਗੋਸ਼ ਸੁਕਾ ਕੇ ਰੱਖ ਦੇਵਣਾ, 6 ਮਹੀਨੇ ਖਾਂਦੇ ਰਸਾਂ, ਇਵਤ ਕਿਹੜੀ ਕੁਰਬਾਨੀ? ਇਹ ਤੂੰ ਆਪਣੇ ਨਫਸ ਨੂੰ ਪੇ ਰਾਜ਼ੀ ਕਰੇ ਨਾ ਕਿ ਰੱਬ ਨੂੰ ਪੇ ਰਾਜ਼ੀ ਕਰੇ ਨਾ? ਤੂੰ ਕੁਰਬਾਨੀ ਕਿਹਦੇ ਵਾਸਤੇ ਕੀਤੀ ਆਈ ਬੋਲ, ਕਿ ਆਪਣੇ ਖਾਵਣ ਵਾਸਤੇ? ਅੱਲਾ ਵਾਸਤੇ ਕੀਤੀ ਹੈ ਤਾਂ ਅੱਲਾ ਵਾਸਤੇ ਦੇ, ਜਿੱਥੇ ਜ਼ਰੂਰਤ ਹੈ ਆਪਣੇ ਵਾਸਤੇ ਵੀ ਪਕਾਉਣ ਦੀ ਸ਼ਾਮ ਦੀ ਕੁੰਨੀ ਰੱਖ ਲੈ, ਬਾਕੀ ਦਾ ਸਾਰਾ ਵੰਡ ਛੋੜ, ਕੋਈ ਮਸਲਾ ਨਹੀਂ, ਨੋ ਟੈਨਸ਼ਨ। ਅੱਗੇ ਪਿੱਛੇ ਤਾਂ ਪੈਸੇ ਵਾਲਾ ਬੰਦਾ ਖਾ ਲੈਂਦਾ, ਅਤੇ ਗਰੀਬ ਬੰਦਾ ਤਾਂ ਉਸੇ ਕੁਰਬਾਨੀ ਵਾਲੇ ਦੇ ਖਾਂਦਾ, ਅਤੇ ਤੂੰ 3 ਦਿਨ ਉਸੇ ਨੂੰ ਖਾਣ ਦੇ ਨਾ, ਸਮਝ ਨਹੀਂ ਆਈ? ਤੂੰ ਤਾਂ ਸਾਰਾ ਸਾਲ ਖਾਣਾ, ਉਹਨੂੰ ਤਾਂ 3-4 ਦਿਹਾੜੇ ਰਾਜ ਤੇ ਖਾਣ ਦੇ। ਇਸ ਵਾਸਤੇ ਵੇਖੋ ਨਾ, ਜਿਹੜਾ ਪੈਸੇ ਵਾਲਾ ਬੰਦਾ ਹੈ ਉਹ ਤਾਂ ਅੱਗੇ ਪਿੱਛੇ ਵੀ ਗੋਸ਼ਤ ਲੈ ਕੇ ਖਾ ਲੈਂਦਾ, ਅਤੇ ਜਿਹੜਾ ਗਰੀਬ ਬੰਦਾ ਹੈ ਉਸਨੂੰ ਤਾਂ ਉਸੇ ਕੁਰਬਾਨੀ ਦੇ ਮੌਕੇ 'ਤੇ ਹੀ ਮਿਲਣਾ ਹੈ ਨਾ, ਅਤੇ ਤੂੰ ਜਿਹੜਾ ਕੁਰਬਾਨੀ ਕਰਨ ਵਾਲਾ ਹੈ ਇਸ ਮੌਕੇ 'ਤੇ ਤੂੰ ਨਾ ਖਾ, ਕੋ 3 ਦਿਹਾੜੇ ਗੋਸ਼ਤ ਨਾ ਖਾ, ਤੂੰ ਤਾਂ ਮਰ ਪਈ ਸੀ, ਸਾਰਾ ਸਾਲ ਜੇ ਤੂੰ ਨਹੀਂ ਰੱਖੀ 3 ਦਿਹਾੜੇ ਨਾ ਖਾ, ਜਿੰਨਾ ਸਾਰਾ ਸਾਲ ਨਹੀਂ ਖਾਧਾ ਉਹਨਾਂ ਨੂੰ ਖਵਾ, ਵਤ ਵੇਖ ਤੇਰੇ ਮਾਲ 'ਚ ਬਰਕਤ ਕਿਤਨੀ ਆਉਂਦੀ। ਲੋਕਾਂ ਕਦੀ ਅੱਲਾਹ ਦਾ ਤਜਰਬਾ ਕਰਕੇ ਡਿੱਠਾ ਨਹੀਂ, ਤੁਸੀਂ ਕਦੀ ਅੱਲਾਹ ਨੂੰ ਅਜ਼ਮਾ ਕੇ ਨਹੀਂ ਡਿੱਠਾ। ਵੈਸੇ ਮੈਂ ਇੱਕ ਲਫ਼ਜ਼ ਸਿਰਫ ਤੁਹਾਡੇ ਸਮਝਾਉਣ ਵਾਸਤੇ ਬੋਲਿਆ, ਅੱਲਾਹ ਨੂੰ ਅਜ਼ਮਾਉਣਾ ਨਹੀਂ ਚਾਹੀਦਾ, ਅੱਲਾਹ ਬੰਦਿਆਂ ਨੂੰ ਅਜ਼ਮਾਈਂਦਾ ਹੈ, ਬੰਦਿਆਂ ਨੂੰ ਨਹੀਂ ਚਾਹੀਦਾ, ਬੰਦਿਆਂ ਨੂੰ ਚਾਹੀਦਾ ਅੱਲਾਹ 'ਤੇ ਯਕੀਨ ਰੱਖਣ, ਅੱਲਾਹ 'ਤੇ ਇਤਬਾਰ ਰੱਖਣ, ਅਜ਼ਮਾਵੇਂ ਨਹੀਂ। ਅੱਲਾਹ ਦੀ ਜ਼ਾਤ ਦੀ ਕਸਮ ਜਾ ਕੇ ਮੈਂ ਮਿੰਬਰ 'ਤੇ ਬਹਿ ਕੇ ਜੁਮੇ ਵਾਲੇ ਦੇ ਮਿਹਰਾਬ ਵਿੱਚ ਬਹਿ ਕੇ ਬੈਠਾ ਨਾ, ਜਿਹੜਾ ਬੰਦਾ ਅੱਲਾਹ ਦੀ ਰਜ਼ਾ ਦੀ ਖਾਤਰ ਆਪਣਾ ਹਲਾਲ ਮਾਲ ਖਰਚ ਕਰਦਾ, ਅੱਲਾਹ ਨੇ ਵਾਅਦਾ ਕੀਤਾ ਉਹਦੀ ਜਾਨ ਦੇ ਅੰਦਰ, ਉਹਦੀ ਮਾਲ ਦੇ ਅੰਦਰ, ਉਹਦੀ ਔਲਾਦ ਦੇ ਅੰਦਰ, ਉਹਦੇ ਘਰ ਬਾਰ ਦੇ ਅੰਦਰ ਮੈਂ 4 ਕਿਸਮ ਦੀਆਂ ਆਲਾ ਬਰਕਤਾਂ ਨਾਜ਼ਿਲ ਕਰ ਦਿੰਦਾ। ਲੇਕਿਨ ਲੋਕ ਇਤਬਾਰ ਹੀ ਨਹੀਂ ਕਰਨ ਦੇ। ਅੱਲਾਹ ਕਿਹਾ ਪਿਆ ਫਰਮਾਉਂਦਾ, ਕੁਲ ਇਨਨਾ ਸਲਾਤੀ ਵਾ ਨੁਸੁਕੀ ਵਾ ਮਹਿਯਾਯਾ ਵਾ ਮਮਾਤੀ ਲਿਲਲਾਹ। ਫਰਮਾਓ ਮੇਰੇ ਪਾਕ ਪੈਗੰਬਰ ਜੀ,
قل ان صلاتی میرے بدن مبارک دیاں ساریاں عبادتاں و نسکی میرے مال دیاں ساریاں قربانیاں و محیایا تے میری ساری زندگی دا محور تے خلاصہ و مماتی تے میری موت تے میری موت تے بعد والے حالات سارے دے سارے للہ رب العالمین لا شریک له وبذالک امرت وانا اول المسلمین. اللہ فرماندا ہے میرا سونا پاک پیغمبر تس اعلان کرو میریاں نمازاں وی للہ میریاں قربانیاں وی للہ میری ساری حیاتی وی للہ میری ساری موت تے موت دا ٹائم تے اختیار وی للہ. میں زندہ رہنا ہے تے اللہ دے امر نال زندہ رہنا ہے. میرے اتنے موت آنی ہے تے اللہ دے فیصلے نال آنی ہے. میریاں قربانیاں تے میرے مال دا خرچ کرنا میرا طواف کرنا حج کرنا نماز پڑھنا رکوع کرنا تے سجدے کرنا میرا اعتکاف کرنا میرا تہجد پڑھنا تے تلاوتاں کرنیا یہ سارا کوئی صلات ہی دے اندر آ گیا. میرے بدن دی ایک ایک حرکت للہ میرے مال دا ایک ایک ذرہ للہ میری زندگی دا ایک ایک لمحہ للہ میری موت دا سارا وقفہ اختیار للہ. او اللہ کون للہ رب العالمین اے اوہ میرا رب لا شریک لہو او دا کوئی شریک نہیں نہ کوئی جیندہ شریک ہے نہ کوئی مویا شریک ہے نہ کوئی نیڑے والا شریک ہے نہ کوئی دور والا شریک ہے نہ کوئی قبر والا شریک ہے نہ کوئی دربار والا شریک ہے نہ کوئی میاں نیک شریک ہے تے نہ کوئی بد شریک ہے کوئی بھی نہیں شریک. کیڑی شے دے اندر یعنی او دے کمالات دے اندر او دی صفتاں دے اندر او دے علم دے اندر او دی قدرت دے اندر او دے سنن دے اندر او دے ویکھن دے اندر او دے جانن دے اندر او دے دیون دے اندر او دے لون دے اندر او دی عطا دے اندر او دی منع دے اندر کوئی بھی لا شریک لہو و بذالک امر تو مینو بھی اللہ نے ایو آڈر دتا ہویا ہے میرے پاک پیغمبر جی تساں وی نیں لا کرنا ہے لوگو میں بھی اللہ دا شریک کوئی نہیں. کل کان للرحمن ولد فانا اول العابدین میں تے اول درجے دا عبادت گزارا میں الہ تے حاجت روا نہیں میں اللہ دے کمالات رکھن والا نہیں بلکہ میرا اللہ اپنے کمالاں دے اندر لا شریک لہو اپنے جلال و جمال دے اندر لا شریک لہو و بذالک امرتو مینو اللہ نے ایو آڈر دتا ہے تے میں اللہ دے آڈر منن دے اندر انا اول المسلمین میں سب تو اول درجے دا جھکن والا یا آڈر آندا ہے تے میں فوراً ہاں میں اے سوچن چ نہیں کدی ٹائم وجایا ایم جی انج کرائیں تے انج نہ کرائیں نہ مینو رب تے یقین ہے او جو فیصلے کردا ہے میرے فائدے دے کردا ہے ٹھیک ہے تے جی اس فیصلہ کیتا ہے زکات دا قربانی دا حج دا روزے دا نماز دا او ساڈے فیصلے ساڈے فائدے دا کیتا ہے اس نے اے فیصلہ ساڈے فائدے دا کیتا ہے
ਸਾਨੂੰ ਜਹੰਨਮ ਤੋਂ ਬਚਾਉਣ ਵਾਸਤੇ ਕੀਤਾ। ਅੱਲਾ ਨੂੰ ਅੱਲਾ ਕੁਰਾਨ ਚ ਕਹਿੰਦਾ ਲਈਨਾ ਲੱਲਾ ਅਲੂ ਮੋਆਵਲਾ ਦਿਮੋਹ। ਕੀ ਟਾਈਮ ਹੋ ਗਿਆ ਮੇਰੇ ਸਾਹਮਣੇ ਜਿਹੜੀ ਖਲੀ ਉਹ ਤਾਂ 9:15 ਹੀ ਖਲੀ ਹੈ। ਅਜਾ ਦਾ ਹੋਏ ਫਿਰ ਗਰਮੀਆਂ ਤੋਂ ਜੋ ਮੈਂ 2:30 ਵਜੇ ਪੜ੍ਹਨਾ ਚਾਹੀਦਾ। ਫਰਮਾਇਆ ਲਈਨਾ ਲੱਲਾ ਅਲੂ ਮੋ ਅੱਲਾ ਨੂੰ ਤੁਹਾਡੀਆਂ ਕੁਰਬਾਨੀਆਂ ਦੇ ਗੋਸ਼ਤ ਨਹੀਂ ਪਹੁੰਚਦੇ। ਉਹ ਖਾਂਦਾ ਪੀਂਦਾ ਉਹਨੂੰ ਨਹੀਂ ਆਉਂਦੀ ਜ਼ਰੂਰਤ। ਜੋ ਪੁੱਠਲੀ ਅੱਡੀ ਦੀ ਵਿਆਹ ਹੈ ਫਲਾਣਾ ਗੋਸ਼ਤ ਦੀ ਵਿਆਹ ਹੈ ਉਸ ਕੋਈ ਕੀਮੇ ਨਹੀਂ ਬਣਾਵਣੇ ਅਤੇ ਕੌਰਮੇ ਨਹੀਂ ਬਣਾਵਣੇ। ਉਹ ਖਾਵਣ ਪੀਵਣ ਕੋਲੋਂ ਪਾ ਕੇ ਇਹ ਨਾ ਜੋ ਤੂੰ ਕਿਉਂ ਆਉਂਦਾ ਚੰਗੇ ਤੋਂ ਚੰਗਾ ਜਾਨਵਰ ਕੁਰਬਾਨ ਕਰ ਉਸ ਆਪ ਤਾਂ ਖਾਵਣਾ ਨਹੀਂ ਆਉਂਦਾ। ਉਹ ਕਿਉਂ ਆਉਂਦਾ ਵਾਦਾ ਲੰਨ ਤਨਾ ਲੁਲ ਬਿਰਰਾ ਹੱਤਾ ਤੁਨ ਫਿਕੋ ਮਿਮਾ ਤੁਸੀਂ ਬੂਨ। ਮੈਂ ਉਹ ਤੁਹਾਡੀ ਨਹੀਂ ਕਬੂਲ ਕਰੇਂਦਾ ਜੇ ਤੁਹਾਡੀ ਉਹ ਨਾ ਦੇਸੋ ਜੇ ਇਹਦੇ ਨਾਲ ਤੁਹਾਨੂੰ ਮੁਹੱਬਤ ਹੋਵੇ। ਸੁਥਰਾ ਜਾਨਵਰ ਅੱਛਾ ਉਹ ਦੇਸੋ ਤਾਂ ਵੱਧ ਤੁਹਾਨੂੰ ਸਵਾਬ ਦੇ ਸਾਂ। ਕਿਉਂ ਅੱਲਾ ਤੂੰ ਉੱਥੇ ਕੋ ਵਾੜਾ ਬਣਾਇਆ ਹੋਇਆ ਹੈ ਤੂੰ ਕੋਈ ਫਾਰਮ ਬਣਾਇਆ ਹੋਇਆ ਤੈਨੂੰ ਲੋੜ ਆਉਂਦੀ ਅੱਲਾ ਦਾ ਮੈਨੂੰ ਤਾਂ ਲੋੜ ਕੋਈ ਨਹੀਂ ਆਉਂਦੀ। ਮੈਂ ਸਿਰਫ ਤੁਹਾਡੇ ਦਿਲਾਂ ਦਾ ਇਮਤਿਹਾਨ ਲੈਣਾ ਹੁੰਦਾ ਹੈ ਕਿਹੜਾ ਮੇਰੇ ਨਾਲ ਯਾਰੀ 'ਚ ਪੱਕਾ ਹੈ ਅਤੇ ਕਿਹੜਾ ਕੱਚਾ ਹੈ। ਜੇ ਤੁਸੀਂ ਡੱਗੇ ਨੇ ਨਾ ਸੁਥਰੇ ਦੇ ਸਕਦੇ ਅਤੇ ਜਿੱਦਾਂ ਮੇਰੇ ਦੀਨ ਨੂੰ ਤੁਹਾਡੀ ਜਾਨ ਦੀ ਜ਼ਰੂਰਤ ਪਈ ਤੁਸੀਂ ਜਾਨ ਕਿੱਥੇ ਦੇਣੀ ਹੈ। ਜਲੇ ਤੁਸੀਂ ਬੱਕਰਾ ਸੁਥਰਾ ਨਹੀਂ ਦਿੰਦੇ ਤੁਸੀਂ ਜਾਨ ਕਿੱਥੇ ਦੇਣੀ ਹੈ। ਤੁਸੀਂ ਤਾਂ ਅੱਲਾ ਦੇ ਨਾਂ 'ਤੇ ਝੋਲੀਏ 'ਚ ਨੋਟ ਹੀ ਉਹ ਪੈਂਦੇ ਹੋ ਜਿਹਨੂੰ ਟਾਕੀਆਂ ਲੱਗੀਆਂ ਹੋਈ ਹੋਵੇ ਗੱਠੇ ਹੋਏ ਹੋਵੇ ਜਿਵੇਂ ਰਮਾਨੀ ਨੂੰ 500 ਦਾ ਨੋਟ ਚੱਕਵਾ ਲਏ ਰਾਤ ਦਾ ਟਾਈਮ ਆਈ ਨਹੀਂ ਉਹ ਨਾਥ ਖਾਲਾ ਪੜੇ ਨਾਲੂ ਮੈਂ ਹੀ ਬੈਠਾ ਤਾਂ ਹਮ ਲੋਕ ਆਵਣ ਪਏ ਪਿੱਛੇ ਇੱਕ ਬੰਦੇ ਨੌਜਵਾਨ ਆਇਆ ਛੋਟੀ ਛੋਟੀ ਦਿਹਾੜੀ 500 ਵਾਲਾ ਨੋਟ ਰੱਖ 400 ਚਾਹ ਲਿਆ ਉਸ ਮੈਂ ਅੱਗੇ ਵੀ 100 ਦਿੱਤੀ ਵਜਦਾ ਗਰੀਬ ਨੂੰ ਪਿੱਛੇ ਜਿਹੜੇ ਰਮਾਨੀ ਨੋਟ ਗਿਣੇ ਤਾਂ ਨੋਟ 'ਤੇ ਲਿਖੇ ਹੋਵੇ ਈਦ ਮੁਬਾਰਕ ਨਕਲੀ ਨੋਟ ਰੱਖ ਕੇ 400 ਲੈ ਗਿਆ ਉਹੀ ਤਾਂ ਸਵਾਬ ਲਵਣ ਆਇਆ ਨਾ ਨਹੀਂ ਉਹਦੇ ਕੋਲੋਂ ਸਿਗਰਟ ਦੇ ਪੈਸੇ ਮੁੱਕ ਗਿਆ। ਉਸ ਆਖਿਆ ਮਸੀਤ ਜੁਲਮ ਸਨ। ਅੱਲਾ ਅਕਬਰ ਗੱਲ ਸੁਣੋ ਅੱਲਾ ਨਹੀਂ ਮੁਹਤਾਜ ਇਹਨਾਂ ਚੀਜ਼ਾਂ ਦਾ ਅੱਲਾ ਸਿਰਫ ਦਿਲ ਦੀਆਂ ਮੁਹੱਬਤਾਂ ਵੇਖਦਾ ਹੈ। ਉਹ ਆਖਦਾ ਮੇਰੇ ਨਾਲ ਕਹਿੰਦੀ ਕਹਿੰਦੀ ਸੱਚੀ ਯਾਰੀ ਏ ਕਿਹੜਾ ਕਿਹੜਾ ਉੱਤੋਂ ਉੱਤੋਂ ਵਧਾ ਕਲਮੇ ਪੜ੍ਹਦਾ ਹੈ ਅਤੇ ਕਿਹੜਾ ਕਿਹੜਾ ਵਿੱਚੋਂ ਯਾਰੀ ਲਾਈ ਵਧਾ। ਜਿਹੜਾ ਵਿੱਚੋਂ ਵਾਲਾ ਹੋ ਸੀ ਨਾ ਉਹ ਪ੍ਰਤੀਕ ਇਹਨਾਂ ਵੇਖੀ ਜੂ ਕੇਸ਼ਾ ਪਈ ਵਹਿੰਦੀ ਏ ਜਿਸ ਲਈ ਅੱਲਾ ਸਾਡੇ ਮਰੇ ਸੀ ਉਸ ਲਈ ਚੰਗੀ ਤੋਂ ਚੰਗੀ ਸ਼ਾਇ ਅੱਲਾ ਦੇ ਨਾਂ 'ਤੇ ਦੇ ਸੀ। ਜਿਹੜੇ ਫਕੀਰ ਮੰਗਣ ਆਵੇ ਨਾ ਉਸ ਵੇਲੇ ਉਹਨੂੰ ਮੱਥੇ 'ਤੇ ਵੱਟ ਪਾ ਕੇ ਨਾ ਬੋਲੇ ਕਰੋ। ਜ਼ਰੂਰਤਮੰਦ ਬੰਦਾ ਕੋਈ ਤੁਹਾਡੇ ਕੋਲ ਆਵੇ ਜ਼ਰੂਰਤਮੰਦ ਮੈਂ ਆਮ ਪੇਸ਼ਾਵਰ ਉਹਨਾਂ ਦੀ ਨਹੀਂ ਬੇਗੱਲ ਕਰਦਾ ਜਿਹੜੇ ਅੱਡਿਆਂ 'ਤੇ ਵਧੇ ਹੁੰਦੇ ਨੇ ਪੀਂਦੇ ਇਹਨਾਂ ਦੀ ਤਾਂ ਕੋਠੀਆਂ ਆਉਂਦੀਆਂ ਨੇ ਇਹ ਤਾਂ ਪੇਸ਼ਾਵਰ ਲੋਕ ਹੈ। ਜ਼ਰੂਰਤਮੰਦ ਬੰਦਾ ਗਰੀਬ ਬੰਦਾ ਇਹ ਲੋ ਅਯਾ ਲੈ ਲੈ ਉਹਦੇ ਕੋਲ ਖਰਚਾ ਪੂਰਾ ਕੋਈ ਨਹੀਂ ਤੁਹਾਡੇ ਕੋਲ ਕੋਈ ਤਾਵਨ ਲਵਣ ਆਇਆ ਆਇਆ ਤਾਂ ਉਸ ਨੂੰ ਸਿਰਫ ਉਹਦੇ ਮੂੰਹ ਦਰ ਵੇਖ ਕੇ ਦਿੱਤਾ ਕਰੋ ਉਹਦੇ ਮੂੰਹ ਦਰ ਨਾ ਡਿੱਠਾ ਕਰੋ ਕਹਿੰਦੇ ਮੂੰਹ ਦਰ ਡਿੱਠਾ ਕਰੋ। ਅਗਲੇ ਆਦਨ ਨਾ ਜੇ ਤੇਰਾ ਨਹੀਂ ਤੇਰੇ ਸਾਈਆਂ ਦਾ ਮੂੰਹ ਹੈ ਆਦਨ ਕਿ ਨਹੀਂ ਆਦਨ ਮੂੰਹ ਮੁਲਾਜ਼ੇ ਨਾਲ ਕੰਮ ਕਰਦੇ ਰਹਿੰਦੇ ਹੋ ਕਿ ਨਹੀਂ ਅਤੇ ਰੱਬ ਦੇ ਮੂੰਹ ਮੁਲਾਜ਼ੇ 'ਤੇ ਕਦੀ ਕਹਿ ਨੂੰ ਕਾਸ਼ਤ ਦਿੱਤੀ ਜੇ ਕਰੋ ਉਹ ਤਾਂ 70 ਗੁਣਾ ਵਧਾ ਕੇ ਦਿੰਦਾ। ਦੁਨੀਆਂ ਦੇ ਮੂੰਹ ਮੁਲਾਜ਼ੇ ਤਾਂ ਫਲਾਣਾ ਹਜ਼ਰਤ ਨਾਰਾਜ਼ ਨਾ ਵਣੇ ਫਲਾਣੇ ਦਾ ਖਲਿਆ ਹੋਇਆ ਬੰਦਾ ਹੈ ਜੀ ਚੌਧਰੀ ਉਰੀ ਨਾਰਾਜ਼ ਨਾ ਵਣੇ ਇਹ ਜੀ MNA MPA ਦਾ ਬੰਦਾ ਹੈ ਜੀ ਮੈਂ ਕੰਮ ਨਾ ਕੀਤਾ ਤਾਂ ਵਤੋਂ ਨਾਰਾਜ਼ ਹੋਵੇ ਸਨ ਅਤੇ ਜਿੱਥੇ ਰੱਬ ਆਖੇ ਮੇਰਾ ਬੰਦਾ ਆਇਆ ਖਲਾ ਇਸ ਨੂੰ ਖਾਲੀ ਨਾ ਪਿਆ ਖਲੇ ਤੈਨੂੰ ਉਹਦੀ ਟੈਨਸ਼ਨ ਹੀ ਕੋਈ ਨਹੀਂ ਹੁੰਦੀ। ਖੈਰ ਹੈ ਜੀ ਅੱਲਾ ਦਾ ਵਤ ਇੱਕ ਦਿਹਾੜਾ ਆਸੀ ਤੂੰ ਆਉਣਾ ਸਾਡੇ ਕਾਬੂ ਦੇ ਅੰਦਰ ਕਿਆਮਤ ਲੈਦੇ ਉਸ ਵੇਲੇ ਤੇਰੇ ਕੋਲ ਪੁੱਛਾਂ ਬਈ ਦਿੱਤੋ ਆ ਸਾਡਾ ਮਾਲ ਆਈ ਤਾਂ ਖਰਚ ਕਿੱਥੇ ਕਰੇਂਦਾ ਰਹੇ। ਅੱਲਾ ਦੇ ਬੈਂਕ 'ਚ ਜਿਤਨਾ ਹੋ ਸਕੇ ਟਪਾ ਲਓ ਜਮ੍ਹਾਂ ਕਰਾ ਲਓ ਇਹ ਥਾਂ ਹੀ ਮਿੱਟੀ ਹੋਵੇਣੀ ਨੇ ਹਰ ਸ਼ਾਇ। ਅੱਲਾ ਜਾਣਦਾ ਹੈ ਜਿਸ ਵੇਲੇ ਵੱਜਦੀ ਹੈ ਨਾ ਮੌਤ ਦੀ ਵਿਸਲ ਉਸ ਵੇਲੇ ਬੰਦੇ ਨੂੰ ਸੰਭਲਣ ਦਾ ਮੌਕਾ ਨਹੀਂ ਲੱਭਦਾ। ਤਨ ਵਾਲੇ ਕੱਪੜੇ ਹੀ ਅਗਲੇ ਲਹਾ ਲੈਂਦੇ ਨੇ ਤੁਹਾਡੀਆਂ ਮੁੰਦਰੀਆਂ ਤੁਹਾਡੀਆਂ ਐਨਕਾਂ ਤੁਹਾਡੀਆਂ ਪਗੜੀਆਂ ਤੁਹਾਡੇ ਖੁੱਸੇ ਧਰੇ ਦੇ ਧਰੇ ਰਹਿ ਗਏ ਤੁਹਾਡੀ ਮਿਲਕੀਅਤ ਇੱਕ ਲਮਹੇ ਦੇ ਅੰਦਰ ਖਤਮ ਹੋ ਗਈ। ਜਿਤਣੀ ਜਾਇਦਾਦ ਆਈ ਹੁਣ ਤੁਸਾਂ ਉਹਦੇ ਮਾਲਕ ਨਹੀਂ ਰਹੇ ਮਿਲਕੀਅਤ ਤਬਦੀਲ ਹੋ ਗਈ ਨਾਂ ਤਬਦੀਲ ਹੋ ਗਿਆ ਅੱਗੇ
علامہ صاحب تے خان صاحب تے چودھری صاحب ہونا دن چودھری اور دی منجی کتھے پئی ہے چودھری اور کتھے پے ان کدی نہیں کہیا آخیا مولوی اور کتھے پے نہیں آدھے مولوی اور دی منجی کتھے پئی ہے تیرا نام بدل گیا تیری ملکیت بدل گئی تیری حیثیت بدل گئی ایک لازہ ایک موت دا اعلان ہویا ہے تیرا ککھ بھی باقی کوئی نہیں رہے تو کیڑی شاید چمبے مار کے بیٹھا جتنا کچھ ہو سکتا ہی اپنے اگلی مکان واسطے تیاری واسطے اللہ دے حوالے کر آخر دعوانا ان الحمدللہ رب العالمین